Vaheguru, 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 Vaheguru,
ਵਾਹਿਗੁਰੂ 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 ਜੀ ਡੰਡਾਵਤ ਵੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਰਾਜਾਨ ਰਾਜ ਪਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਹਕ ਹਕ ਆਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਤਰਲਾ ਪਾਇਓ ਤਰਲਾ, ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ, ਦੇਹੋ ਮੋਹੇ ਪਰਦੇਸਣ ਦੂਰ ਤੇ ਆਈ, ਮੋਹੇ ਪਰਦੇਸਣ ਦੂਰ ਤੇ ਆਈ, ਮੋਹੇ ਪਰਦੇਸਣ ਦੂਰ ਤੇ ਆਈ, ਮੋਹੇ ਪਰਦੇਸਣ ਦੂਰ ਤੇ ਆਈ। ਪਰਦੇਸਣ ਕਿਹੜੀ? ਜੀਵਾਤਮਾ ਜਿੰਦ ਬੜੇ ਜਨਮਾਂ ਤੋਂ, ਕਈ ਜਨਮ ਪਏ ਕੀਟ ਪਤੰਗਾ ਇਹ ਯਾਤਰਾ ਕਰਕੇ ਆਈ ਹੈ, ਕਈ ਜਨਮ ਇੱਕ ਇੱਕ ਵਾਰ ਨਹੀਂ। ਜਿਹੜੀ ਜੂਨੀ ਵਿੱਚ ਬੰਦਾ ਪੈ ਜਾਂਦਾ ਉਸ ਜੂਨੀ ਚੋਂ ਬਾਹਰ ਨਿਕਲਣ ਲਈ ਬੜੀ ਤਪੱਸਿਆ ਚਾਹੀਦੀ। ਆ ਵੀ ਜਿਹਦੇ ਵਿੱਚ ਆਪਾਂ ਹੁਣ ਵਿਚਰ ਰਹੇ ਹਾਂ ਇਹ ਜੂਨ ਚੋਂ, ਹੁਣ ਅਜੂਨ ਹੋਣਾ ਕੋਈ ਛੋਟੀ ਜਿਹੀ ਗੱਲ ਥੋੜ੍ਹੀ, ਜੂਨ ਚੋਂ ਅਜੂਨ ਹੋਣਾ ਛੋਟੀ ਕਹਾਣੀ ਨਹੀਂ ਗੀ। ਜੰਮਦਾ ਰਹਿੰਦਾ ਮਰਦਾ ਰਹਿੰਦਾ, ਦਾਦਾ ਮਰਦਾ ਹੈ ਪੋਤਰਾ ਜੰਮ ਪੈਂਦਾ ਹੈ, ਪਤਾ ਹੈ ਕਿ ਨਹੀਂ? ਕਿਉਂਕਿ ਦਾਦੀ ਦੀ ਸੁਰਤ ਪੋਤਰੇ ਚ ਰਹਿੰਦੀ। ਇਸ ਤਰ੍ਹਾਂ ਹੀ ਮਹਾਰਾਜ ਪਾਤਸ਼ਾਹ ਕਹਿੰਦੇ ਕਈ ਜਨਮ ਮੈਂ ਕੀੜਾ ਬਣਿਆ, ਵਨਗੀਆਂ ਬਦਲੀਆਂ, ਸੱਪ ਤੋਂ ਲੈ ਕੇ ਨਿੱਕੀ ਜਿਹੀ ਕੀੜੀ ਕੀੜਾ ਹੀ ਖਵਾਉਂਦੀ ਹੈ, ਕੀੜੇ ਤੋਂ ਫਿਰ ਦੂਸਰੀ ਜੂਨ ਕੀੜੇ ਦੀ ਮਿਲੀ, ਗੰਦ ਦੇ ਕੀੜੇ ਵੀ ਬਣਿਆ ਮੈਂ, ਗੰਦ ਦਾ ਕੀੜਾ ਵੀ ਬਣਿਆ, ਫਿਰ ਥੋੜ੍ਹੀ ਜਿਹੀ ਤੇਰੀ ਬਖਸ਼ਿਸ਼ ਹੋਈ, ਖੰਭ ਲੱਗੇ, ਫਿਰ ਮੈਂ ਉੱਡਣ ਵਾਲਾ ਬਣ ਗਿਆ, ਉੱਡਣ ਵਾਲਾ, ਰੀਂਗਣ ਤੋਂ ਉੱਡਣ ਵਾਲਾ ਬਣ ਗਿਆ, ਕਈ ਜਨਮ ਪੈ ਕੀਟ ਅਤੇ ਪਤੰਗਾ, ਪਤੰਗਾ ਬਣ ਗਿਆ, ਉੱਡਣ ਲੱਗ ਪਿਆ। ਇਹਦੇ ਤੋਂ ਬਾਅਦ ਵੀ ਮੈਨੂੰ ਜੂਨੀਆਂ ਮਿਲੀਆਂ, ਹਾਥੀ ਦੀ ਮਿਲੀ, ਮੀਨ ਮੱਛੀ, ਮੱਛੀ ਵੀ ਬਣੀ, ਉਹਦੀਆਂ ਵੀ ਕਈ ਕਿਸਮਾਂ ਨੇ, ਕਿਤੇ ਵੇਖ ਲਿਆਓ ਜੇ ਕੋਈ, ਕਈ ਆਖ ਦਿੰਦੇ ਅਗਲੇ ਜਨਮ ਕਿਤੇ ਗੋਰਿਆਂ ਦੇ ਘਰ ਜਨਮ ਹੋਵੇ, ਸਿਟੀਜਨ ਜੰਮਾਂਗੇ, ਫਲਾਣੇ ਜੰਮਾਂਗੇ, ਇਸ ਤਰ੍ਹਾਂ ਦੀਆਂ ਕੋਈ ਕਹਾਣੀਆਂ ਸੁਰਤ ਵਿੱਚ ਜਿਹੜੀ ਆਈ ਉਹੀ ਹੋ ਜਾਣੀ। ਇੰਨਾ ਸੁਚੇਤ ਰਿਹਾ ਵੀ ਜੋ ਸੁਰਤ ਵਿੱਚ ਆਇਆ ਉਹ ਮਿਲ ਜਾਣਾ, ਮੰਗਣ ਲੱਗੇ ਨਹੀਂ ਨਹੀਂ ਬੀਜਣ ਦਾ ਨਹੀਂ, ਜੋ ਤੁਹਾਡਾ ਫੁਰਨਾ ਹੈ। ਅੰਤਕਾਲ ਜੋ ਲਛਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਵੱਲ ਵੱਲ ਉਤਰੇ, ਸੱਪ ਬਣਾ ਦਿੰਦਾ, ਮਾਇਆ ਦਾ ਸੱਪ ਨਾਲ ਸੰਬੰਧ ਆ, ਕਹਿੰਦੇ ਜਿੱਥੇ ਰਾਤ ਨੂੰ ਸੁਪਨੇ 'ਚ ਸੱਪ ਦਿਸੇ ਉੱਥੇ ਮਾਇਆ ਦਾ ਪ੍ਰਭਾਵ ਹੁੰਦਾ ਸੁਰਤ ਦੇ ਉੱਤੇ। ਉਹ ਸਾਰਾ ਕੁਝ ਮਹਾਰਾਜ ਪਾਤਸ਼ਾਹ ਨੇ ਬਾਣੀ ਦੇ ਵਿੱਚ ਲਿਖਿਆ ਵੀ ਜਿਹੋ ਜਿਹੀ ਸੁਰਤ, ਜਿਹੀ ਸੁਰਤ ਤੇ ਰਾਜ ਆਏ, ਜੇ ਹਾਲਾਤ ਦੇ ਵਿੱਚ ਆ ਤੇ ਸੂਰ ਬਣੂ ਲਿਖਿਆ ਗੁਰਬਾਣੀ ਦੇ ਵਿੱਚ, ਸੂਰ ਬਣ ਜਾਊ, ਜੇ ਮਕਾਨ ਚ ਆ ਤਾਂ ਪੂਤ ਬਣ ਜਾਊ, ਸੁਰਤ ਉੱਥੇ ਰਹਿਣੀ ਨਾ। ਗੱਲ ਤੇ ਆ ਵੀ ਜਿਹੜੀ ਚੀਜ਼ ਚੇਤ ਲੱਗ ਗਿਆ, ਸਾਹਿਬ ਕਹਿੰਦੇ ਮੱਛੀ ਵੀ ਬਣਿਆ, ਫਿਰ ਮੈਂ ਧਰਤੀ ਤੇ ਭੱਜਣ ਵਾਲਾ ਤੇਜ਼ ਦੌੜਨ ਵਾਲਾ ਹਰਨ ਵੀ ਬਣਿਆ, ਗੱਜ ਮੀਨ ਕੁਰੰਗ ਬਣੇ, ਹਿਰਨ ਵੀ ਬਣਿਆ, ਕਈ ਜਨਮ ਹੈਵਰ ਬਿਰਖ ਜੋਇਓ, ਹੈਵਰ ਵੀ ਬਣਿਆ, ਹਾਥੀ ਵੀ ਬਣਿਆ, ਦਰਖਤ ਵੀ ਮੈਂ ਬਣਿਆ।
ਤੇ ਇੰਨੀਆਂ ਜੁਨੀਆਂ ਕੱਟਣ ਤੋਂ ਬਾਅਦ ਮੋਹੇ ਪਰਦੇਸਣ, ਤੇ ਹੁਣ ਮੈਨੂੰ ਇਸ ਮਨੁੱਖਾ ਦੇ ਜਾਣ ਕੇ ਪਤਾ ਲੱਗਾ ਹੈ ਵੀ ਇਹ ਜੁਨੀਆਂ ਦਾ ਚੱਕਰ ਕੱਟਿਆ ਤਾਂ ਜਾਣਾ ਹੈ ਜੇ ਮੈਨੂੰ ਨਾਮ ਮਿਲੂਗਾ। ਤੇ ਵੇਖੋ ਸਾਰੇ ਵਾਸ਼ ਕਰਦੇ ਘਰ ਦੌਲਤ ਧੀਆਂ ਪੁੱਤਰ ਸ਼ੋਹਰਤਾਂ, ਇਹ ਨਹੀਂ ਕਿਹਾ ਵੀ ਇਹ ਮੇਰੇ ਕੋਲ ਹੋ ਗਈ ਤੇ ਮੇਰੀ ਜੁਨੀ ਕੱਟੀ ਜਾਓ। ਜੀਵਾਤਮਾ ਪਕਾਰ ਕਰ ਰਹੀ ਹੈ ਗਰੀਬ ਨੂੰ, ਅੱਜ ਮੈਨੂੰ ਪਤਾ ਲੱਗ ਗਿਆ ਹੈ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ। ਏਕ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਕੱਟੀ ਹੈ ਜਾਊਂਗੀ। ਇੱਕ ਸ਼ਬਦ, ਇੱਕ ਸ਼ਬਦ ਮੇਰੇ, ਇਹ ਸ਼ਬਦ ਮੇਰੇ ਪ੍ਰਾਣਾ ਚ ਉਤਰੂਗਾ ਤੇ ਬੌੜ ਜਨਮ ਨਾਮਾ। ਦੁਬਾਰਾ ਜਨਮ ਮੈਨੂੰ ਤਾਂ ਨਹੀਂ ਮਿਲਣਾ ਜਿਸ ਦਿਨ ਇੱਕ ਸ਼ਬਦ ਮੇਰੇ ਪ੍ਰਾਣਾ ਚ ਉਤਰੂਗਾ, ਉਹਨਾਂ ਚਿਰ ਨਹੀਂ। ਤਾਂ ਮੈਂ ਅੱਜ ਤੈਨੂੰ ਬੇਨਤੀ ਕਰਦੀ ਹਾਂ ਗਰੀਬ ਨਵਾਜ, ਮੋਹੇ ਪਰਦੇਸਣ ਦੂਰ ਤੇ ਆਈ, ਤੁਸੀਂ ਮੈਨੂੰ ਆਪਣਾ ਨਾਮ ਜਪਾਓ, ਦਇਆ ਕਰੋ ਮੇਰੇ ਉੱਤੇ। ਜੇ ਨਾਮ ਨਾਲ ਹੀ ਚੱਕਰ ਮਿਟਦੇ ਨੇ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਆਪਣਾ ਨਾਮ ਜਪਾਓ ਗਰੀਬ ਨਵਾਜ, ਦਇਆ ਕਰੋ। ਤੇ ਤੁਸੀਂ ਇਹ ਵੀ ਵੇਖਣਾ, ਤੁਸੀਂ ਮੰਗਿਆ ਤੇ ਉਧਰੋਂ ਮਿਲ ਗਿਆ, ਨਹੀਂ ਪਤਾ ਲੱਗਾ। ਤੁਸੀਂ ਗਏ, ਟੂਟੀ ਖੋਲੀ, ਥੱਲੇ ਭਾਂਡਾ ਕੀਤਾ, ਪਾਣੀ ਵਗਣਾ ਸ਼ੁਰੂ ਹੋ ਗਿਆ, ਭਾਂਡਾ ਪਰੇ ਹੋ ਗਿਆ, ਉਹ ਵਗ ਰਿਹਾ। ਕਰਮ ਹੈ, ਕਰਮ ਹੈ ਹੱਥਾਂ 'ਚ। ਅੰਮ੍ਰਿਤ ਆਣ ਨਸਾਰਿਓ, ਨਸਾਰਿਓ ਦਾ ਮਤਲਬ ਤੁਸੀਂ ਪਤਾ ਹੋਣਾ, ਸੰਧੂ ਸਾਹਿਬ ਨੂੰ ਪਤਾ, ਨਸਾਰਿਓ ਦਾ ਮਤਲਬ ਨਸਾਰ ਵਿੱਚੋਂ ਪੈਣਾ ਪਾਣੀ, ਜਿਸ ਤਰ੍ਹਾਂ ਖੂਹ ਦੀ ਨਸਾਰ ਵਿੱਚੋਂ ਪਾਣੀ ਪੀਂਦਾ ਸੀ। ਹੁਣ ਤਾਂ ਬੰਮੀਆਂ ਲੱਗ ਗਈਆਂ ਧਾਰ, ਹਾਥੇ ਨੇ ਕੀਤੇ ਤੇ ਉਹਨੇ ਉਸੇ ਵੇਲੇ ਮੇਗੇ ਨੂੰ ਫਰਮਾਨ ਹੋਇਆ, ਬਹੁਤੀ ਦੇਰ ਨਹੀਂ ਲੱਗੀ। ਬੀਬੀ ਅੰਮ੍ਰਿਤ ਵੇਲੇ ਬੋਲਿਆ ਤੇ ਨਾਲ ਦੀ ਨਾਲ ਹੀ ਵੇਖੋ ਉਹਦਾ ਜਸਟਿਸ ਕਿੱਡਾ ਹੈ ਵੀ ਤੂੰ ਬੋਲ ਤਾਂ ਸਹੀ, ਜੋ ਮੰਗੇ ਠਾਕੁਰ ਆਪਣੇ ਤੇ ਸਹੀ ਸਹੀ ਦੇਵੇ, ਤੂੰ ਬੋਲ ਤਾਂ ਸਹੀ, ਹੁਣ ਮੰਗੇ ਹੀ ਕੋਈ ਨਾ ਤੇ ਦੇਵੇ ਕਿਸ ਤਰ੍ਹਾਂ? ਤੁਸੀਂ ਦਿੰਦੇ ਹੋ ਕਿਸੇ ਨੂੰ, ਅਗਲਾ ਰੋਟੀ ਮੰਗਦਾ ਨਹੀਂ, ਤੁਸੀਂ ਕਹਿੰਦੇ ਸੁੱਟ ਦੂਗਾ, ਇਹਨੂੰ ਚਾਹੀਦੀ ਨਹੀਂ। ਜਿਹਨੇ ਮੰਗਿਆ, ਉੱਥੇ ਲਿਖਿਆ ਤੀਸਰੇ ਪਾਤਸ਼ਾਹ, ਇਹ ਸਾਵਣ ਦਾ ਹੀ ਮਹੀਨਾ ਚੱਲਣ ਡਿਆ, ਸਾਵਣ ਦੇ ਮਹੀਨੇ ਦਾ ਬਚਨ ਹੈ ਵੀ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਰੂਹ ਨੇ ਪੁਕਾਰ ਕੀਤੀ ਤੇ ਉਸੇ ਵੇਲੇ ਤਾਂ ਦਰ ਸੁਣੀ ਪੁਕਾਰ, ਸਾਲ ਨਹੀਂ ਲੱਗੇ, ਇੱਧਰੋਂ ਬੋਲਿਆ ਪੁਕਾਰ ਸੁਣੀ ਗਈ। ਜਦੋਂ ਇਹਨੇ ਕਿਹਾ ਮੈਨੂੰ ਅੰਮ੍ਰਿਤ ਦੀ ਬੂੰਦ ਚਾਹੀਦੀ ਹੈ, ਤੇ ਉੱਧਰੋਂ ਫਿਰ ਮੇਘੇ ਨੂੰ, ਮੇਘੇ ਨੂੰ, ਮੇਘ ਬੱਦਲ ਨੂੰ, ਬੱਦਲ ਨੂੰ ਫਰਮਾਨ ਹੋਇਆ ਵੀ ਵਰਨਾ ਤੇਰਾ ਕੰਮ ਆ। ਕੋਈ ਭੇਦ ਸਮਝੋਗੇ ਕਿ ਫਰਮਾਨ ਅਰਦਾਸ ਸੁਣੀ ਅਕਾਲ ਪੁਰਖ ਨੇ ਤੇ ਗੁਰੂ ਨੂੰ ਕਿਹਾ ਵੀ ਜੀਵ ਆਤਮਾ ਤੱਕ ਤੇਰਾ ਤੇਰਾ ਕੰਮ ਆ, ਜਾ ਕੇ ਵਰਨਾ ਉੱਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ੍ਹ ਸਾਹਿਬ ਵੀ ਗੁਰੂ ਭਰਿਆ, ਦਿੱਤਾ ਉਹ ਜਿਹੜੀ ਮੰਗਦੀ ਸੀ, ਜਿਹੜੀ ਚੀਜ਼ ਅੰਮ੍ਰਿਤ ਮੰਗਦੀ ਸੀ ਉਹਨੂੰ ਤ੍ਰਿਪਤ ਕਰਨ ਨੂੰ। ਬੱਦਲ ਦੇ ਰਾਹੀਂ ਮੀਂਹ ਪੈਂਦਾ, ਸਿੱਧਾ ਤੇ ਨਹੀਂ ਮੀਂਹ ਪੈਂਦਾ, ਅਕਾਲ ਪੁਰਖ ਦਾ ਸਿੱਧਾ ਮੀਂਹ ਨਹੀਂ ਪੈਂਦਾ। ਉੱਥੇ ਵੀ ਲਿਖਿਆ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦਿਓ ਅਦਾ, ਪੜਿਆ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਹੇ ਵਾਹਿਗੁਰੂ ਹਰੀ ਪਰਮੇਸ਼ਵਰ ਦੀ, ਮੈਨੂੰ ਪਤਾ ਤੂੰ ਸਿੱਧਾ ਨਹੀਂ ਮਰਨਾ, ਗੁਰੂ ਦੀ ਰਾਹੀਂ ਮਰਨਾ। ਆਵੇ ਲਿਖਿਆ ਇੱਕ ਓਂਕਾਰ ਸਤਿਗੁਰ, ਤਾਂ ਹੀ ਹੈ ਨਾ ਇਹ ਗੱਲਾਂ ਸੁਰਤ ਵਿੱਚ ਲਿਆਉਣੀਆਂ ਸੀ ਵੀ ਆਖਿਰ ਗੁਰੂ ਦਾ ਵੇ ਕੀ ਆ, ਗੁਰੂ ਨੇ ਮੇਰੇ ਤੱਕ ਕਿਸ ਤਰ੍ਹਾਂ, ਅਕਾਲ ਪੁਰਖ ਨੇ ਮੇਰੇ ਤੱਕ ਕਿਸ ਤਰ੍ਹਾਂ ਪੜ੍ਹਨਾ, ਗੁਰੂ ਦੀ ਰਾਹੀਂ।
ਹੁਣ ਮੇਘੇ ਨੂੰ ਫਰਮਾਨ ਹੋਣਾ ਅਤੇ ਕਈ ਵਾਰ ਜ਼ਿੰਦਗੀ 'ਚ ਧਿਆਨ ਰੱਖਿਓ, ਬੱਦਲ ਬਹੁਤ ਚੜ ਕੇ ਆ ਜਾਂਦਾ ਹੈ, ਕਾਲੇ ਬੱਦਲ ਚੜ ਕੇ ਆ ਜਾਂਦੇ ਇੱਥੋਂ ਦੇ, ਤਾਂ ਮੈਨੂੰ ਨਹੀਂ ਪਤਾ ਸੁਭਾਅ ਦਾ ਬੱਦਲ ਦੇ ਦਾ, ਇੰਡੀਆ ਦਾ ਕਾਲੀ ਘਟਾ ਪਾਕਿਸਤਾਨ ਵੱਲੋਂ ਚੜ ਕੇ ਆ ਗਈ, ਪੂਰਬ ਵੱਲੋਂ ਆ ਗਈ, ਪੱਛਮ ਵੱਲੋਂ ਆ ਗਈ, ਨੀਲਾ ਸਮਾਨ ਹੋ ਗਿਆ, ਕਾਲੀਆਂ ਘਟਾਵਾਂ ਦਿਨੇ ਰਾਤ ਕਰ ਬੂੰਦੇ ਕਿੰਨੀ ਡਿੱਗੀ, ਬੂੰਦੇ ਕਿੰਨੀ ਡਿੱਗੀ, ਮਤਲਬ ਫਰਮਾਨ ਨਹੀਂ ਹੋਇਆ ਕੋਠੇ ਤੋਂ ਦੀ ਲੰਘ ਗਈ। ਇਤਨਾ ਹੀ ਮਨੁੱਖਾ ਦੇ ਵਿੱਚ ਬਹੁਤ ਸੰਗਤ ਮਿਲੀ, ਬਹੁਤ ਸੰਗਤ ਮਿਲੀ, ਬੜੇ ਬੜੇ ਨੀਲਿਆਂ ਪਾਣਿਆਂ ਵਾਲੇ ਸਾਰੀ ਸਾਰੀ ਰਾਤ ਪਰਮੇਸ਼ਵਰ ਦਾ ਨਾਮ ਜਪਦੇ ਰਹੇ, ਮਗਰ ਬੂੰਦ ਕਿਉਂ ਨਹੀਂ ਡਿੱਗੀ, ਫਰਮਾਨ ਨਹੀਂ ਹੋਇਆ। ਮੇਘੇ ਨੂੰ ਫਰਮਾਨ ਹੋਇਆ, ਅਤੇ ਉੱਥੇ ਬਾਣੀ 'ਚ ਲਿਖਿਆ, ਤੂੰ ਤਾਂ ਪੜ੍ਹਿਆ ਹੋਣਾ ਇਹਨਾਂ ਨੇ, ਕਿਹਾ ਉੱਠ ਉੱਠ ਦੇਖੋ ਬੱਪੜੇ ਕੋਠੇ 'ਤੇ ਚੜ ਗਏ, ਭੱਜੋ 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 ਵੇਖੋ ਕਿੰਨਾ ਕਾਲਾ ਬੱਦਲ ਆਇਆ। ਅਤੇ ਮੇਰਾ ਤੀਸਰਾ ਪਾਤਸ਼ਾਹ ਕਹਿੰਦਾ, ਵਿਚਾਰੇ ਲੋਕੋ ਕੀ ਕੋਠੇ 'ਤੇ ਚੜ ਚੜ ਕੇ ਵਹਿੰਦੇ ਹੋ, ਜਿਹੜਾ ਬੱਦਲ ਚੜ ਕੇ ਆਇਆ ਨਾ, ਇਸ ਮੇਘੇ ਹੱਥ ਕਿਛ ਨਾ ਹੈ। ਵੇਖੋ ਜੇ ਤਾਂ ਤੁਸੀਂ ਪੜ੍ਹੋਗੇ ਬਾਣੀ ਇਸ ਤਰ੍ਹਾਂ, ਫਿਰ ਤਾਂ ਭਰ ਦੂਗੀ, ਕਿਉਂਕਿ ਬਾਣੀ ਵਿੱਚ ਤਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਵਿੱਚ ਬਾਣੀ ਅੰਮ੍ਰਿਤ, ਸਾਰੇ ਸਾਰਾ ਬਾਣੀ ਦੇ ਵਿੱਚ ਅੰਮ੍ਰਿਤ ਹੀ ਆ, ਅਮਿਓ ਬਾਣੀ ਅਮੋ ਰਸ, ਬਾਣੀ ਦਾ ਅੰਮ੍ਰਿਤ ਰਸ ਹੈ, ਜਿਸ ਪੀਤੀ ਦੇ ਮੋਸ ਮੁਖ ਦੁਆਰ ਧਾਰਾ ਵਗਣ ਡਈ ਹੈ। ਮਗਰ ਜੇ ਅਸੀਂ ਇਹਨੂੰ ਇਸ ਤਰ੍ਹਾਂ ਪੜ੍ਹਿਆ ਵੀ ਮੇਰਾ ਗੁਰੂ ਆ ਮੱਥਾ ਟੇਕਿਆ ਮੇਰੀ ਮੁਕਤੀ ਹੋਣੀ ਆ, ਤੇ ਨੈਵਰ ਕਦੇ ਵੀ ਨਹੀਂ, ਤੇ ਇਸ ਤਰ੍ਹਾਂ ਸਾਡੇ ਨਾਲ ਹੋ ਰਿਹਾ। ਅਸੀਂ ਗੁਰੂ ਨੂੰ ਉਸ ਦ੍ਰਿਸ਼ਟੀ ਨਾਲ ਨਹੀਂ ਵੇਖ ਰਹੇ ਜਿਸ ਤਰ੍ਹਾਂ ਉਹਨੇ ਸਾਨੂੰ ਵਰਨਾ। ਗੁਰੂ ਨੇ ਸਾਡੇ ਵੱਲ ਕਿਸ ਤਰ੍ਹਾਂ ਵੇਖਣਾ ਹੈ, ਗੁਰਬਾਣੀ ਕਹੇ ਤੇ ਸੇਵਕ ਜਨ ਮੰਨ ਹੈ। ਅੱਜ ਬੀਬਾ ਰਾਣੀ ਨੂੰ ਵੀ ਕਿਹਾ ਸੀ, ਮੈਂ ਕਿਹਾ ਵੀ ਇੱਕ ਪੜ੍ਹਨਾ ਪਹਿਲੋਂ ਗਾਉਣਾ, ਗਾਉਣਾ ਕਾਵੈ ਕੋ ਤਾਣ ਹੋਵੇ ਕਿਸੇ, ਇੱਥੇ ਗੱਗਾ ਗਾਉਣਾ ਗਾਉਣਾ ਦੇ ਚਾਰ ਆਏ ਦਿੱਤੇ ਨੇ, ਫਿਰ ਉਹਨੂੰ ਗਾਏ ਨੂੰ ਆਪ ਹੀ ਸੁਣਨਾ ਵੀ ਗੁਰੂ ਕਹਿੰਦਾ ਕੀ ਆ। ਅਸੀਂ ਕੀ ਕਹਿੰਦੇ ਹਾਂ, ਮੇਰਾ ਮੈਂ ਹੁਣ ਯੁਗ ਕਥਾ ਦਾਸ ਕਰ ਰਿਹਾ, ਗੁਰੂ ਸਾਹਿਬ ਕਰਾ ਰਿਹਾ ਸਿਰ ਤੇ ਹੱਥ ਰੱਖ ਕੇ, ਮੈਂ ਕਹਿੰਦਾ ਲੋਕ ਸੁਣ ਫੇਸਬੁੱਕ ਤੇ, ਮੈਂ ਕਿਉਂ ਨਾ ਸੁਣਾ, ਆਪ ਉਪਦੇਸ਼ ਨਹੀਂ ਸਮਝੇ ਆਪ, ਤੇ ਤੁਹਾਨੂੰ ਸਮਝਾਉਂਦਾ ਸਮਝਾਉਂਦਾ, ਮੈਂ ਕਿਉਂ ਨਾ ਸਮਝ ਲਵਾਂ। ਮੇਰੇ ਕੋਲ ਪ੍ਰਮਾਣ ਆ ਵੀ ਗਨਕਾਂ ਤੋਤੇ ਨੂੰ ਕਹਿੰਦੀ ਕਹਿੰਦੀ ਆਪ ਹੀ ਰਾਮ ਦਾ ਰੂਪ ਹੋ ਗਈ, ਫਿਰ ਅਸੀਂ ਕਿਉਂ ਨੀ ਕਥਾ ਵਿੱਚ ਕੀਰਤਨੀ ਕਿਉਂ ਨੀ। ਸਾਹਿਬ ਜੀ ਕਹਿੰਦੇ ਵੀ ਬੱਦਲ ਚੜ ਕੇ ਆ ਗਿਆ, ਤੂੰ ਚੇਤਾ ਰੱਖੀ, ਬੱਦਲ ਵੱਲ ਵੇਖ ਕੇ ਬਹੁਤਾ ਖੁਸ਼ ਨਾ ਹੋਈ। ਇਹ ਜਿੰਨੇ ਇਕੱਠ ਹੁੰਦੇ ਨੇ ਇਹਨਾਂ ਨੂੰ ਵੇਖ ਕੇ ਬਹੁਤਾ ਖੁਸ਼ ਨਾ ਹੋਇਓ, ਉੱਤੋਂ ਅਕਾਲ ਪੁਰਖ ਦਾ ਹੁਕਮ ਹੋਣਾ ਹੈ ਤਾਂ ਬੂੰਦ ਡਿੱਗਣੀ, ਨਹੀਂ ਤਾਂ ਸੁੱਕੀ ਧਰਤੀ ਰਹਿ ਜਾਂਦੀ। ਇੰਨਾ ਬੱਦਲ ਆਉਂਦਾ ਵੀ ਜੇ ਵਰ ਗਿਆ ਅੱਜ ਤੇ ਇਹਨੇ ਰੋੜ ਕੇ ਲੈ ਜਾਣਾ। ਤੁਸੀਂ ਵੇਖਿਓ ਕਿਹੜੇ ਕਿਹੜੇ ਇਕੱਠ ਨੇ ਵੀ ਜੇ ਅੱਜ ਗਏ ਤੇ ਉੱਥੇ ਤੇ ਤਾਰ ਹੀ ਜਾਣਾ, ਹੁੰਦਾ ਕੁਛ ਵੀ ਨਹੀਂ। ਇਸ ਮੇਘੇ ਹੱਥ ਕਿਛ ਨਾ ਹੈ, ਆਖੇ ਫਿਰ ਕੀ ਕਰੀਏ। ਕਹਿੰਦੇ ਜਿਹਨੇ ਮੇਘ ਪਠਾਇਆ, ਪਠਾਇਆ ਮੈਨੇ ਭੇਜਿਆ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ, ਪਠਾਇਆ ਪਠਾਇਆ ਸ਼ਬਦ ਭੇਜਿਆ, ਇਹ ਸੱਚੇ ਸੁਣਨੇ ਨੂੰ ਪਠਾਏ ਭੇਜੀ ਭੇਜੇ ਲਾ, ਪਠਾਏ ਦਾ ਮਤਲਬ ਹੁੰਦਾ ਭੇਜਿਆ, ਜਿਹਨੇ ਮੇਘ ਪਠਾਇਆ, ਜਿਹਨੇ ਇਹ ਬੱਦਲ ਭੇਜਿਆ ਹੈ, ਤਿਸ ਰੱਖੋ ਮਨ ਮਾਏ, ਹਾਂ ਉਹਨੂੰ ਮਨ ਵਿੱਚ ਵਸਾਓ, ਇਹ ਬੱਦਲ ਦੇ ਹੱਥ 'ਚ ਵੀ ਕੁਛ ਨਹੀਂ, ਇਹਨੂੰ ਵੀ ਗੁਰੂ ਨੂੰ ਮੇਘੇ ਨੂੰ ਫਰਮਾਨ ਹੋਗਾ, ਮੇਘੇ ਨੂੰ ਵੀ ਪਿੱਛੋਂ ਆਰਡਰ ਹੋਣਾ ਵੀ ਜਾ ਬਾਹਰ। ਦਸਵੇਂ ਜਾਮੇ ਚੜ ਕੇ ਆਰਡਰ ਹੋਇਆ ਵੀ ਇਹ ਮੰਗਦਾ ਸੀ ਬੜੇ ਚਿਰ ਤੋਂ ਬੂੰਦ,
ਮਗਰ ਮੈਂ ਇਹਦੀ ਤਪੱਸਿਆ ਵੇਖੀ, ਇਹਨੇ 9 ਜਾਮੇ ਇੰਤਜ਼ਾਰ ਕੀਤਾ ਹੈ। ਕਿੰਨੇ? ਪਪੀਏ ਨੇ, ਜਿੰਦ ਨੇ, ਜਿੰਦ ਨੇ, ਪਪੀਆ ਵਾਚ ਕੇ ਜਿੰਦ, ਇਹ ਜੀਵ ਆਤਮਾ ਜਿਹੜੀ ਪੁਕਾਰਾ ਕਰਦੀ। ਪਪੀਆ ਕੋਈ ਬਰਡ ਨਹੀਂ, ਪਕਸ਼ੀ ਨਹੀਂ, ਇੱਥੇ ਜਿੰਦ ਲਈ ਸਾਰੇ ਵਰਤੇ ਨੇ। ਬਬੀਹਾ ਪ੍ਰਿਓ ਪ੍ਰਿਓ ਕਰੇ, ਜਲ ਨਿਦ ਪ੍ਰੇਮ ਪਿਆਰ। ਬਬੀਆ ਕਿਉਂ ਪ੍ਰਿਊ 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 ਕਰਦਾ? ਜਲ ਦੇ ਖਜ਼ਾਨੇ ਨਾਲ ਉਹਦਾ ਪਿਆਰ ਆ, ਉਹ ਜਲ ਤੋਂ ਬਿਨਾਂ ਰਹਿ ਨਹੀਂ ਸਕਦਾ। ਮੋਇ ਚਾਤਰਕ ਤੁਮ ਬੂੰਦ, ਗੁਰੂ ਸਾਹਿਬ ਦੀ ਬਾਣੀ, ਮੋਹੇ ਚਾਤਰਕ ਹੇ ਵਾਹਿਗੁਰੂ, ਮੈਂ ਪਪੀਆ ਵਾਂ ਤੇ ਤੁਸੀਂ ਬੂੰਦ ਜੇ। ਤ੍ਰਿਪਤੂੰ, ਤ੍ਰਿਪਤੋ ਨਹੀਂ, ਤੁਸੀਂ ਤ੍ਰਿਪਤੋ ਹੀ ਪੜੋਗੇ। ਤ੍ਰਿਪਤੂੰ ਮੁਖ ਭਰੇ, ਮੁਖ ਚ ਤੇਰੀ ਬੂੰਦ ਪਊਗੀ ਤੇ ਮੇਰੀ ਤ੍ਰਿਪਤੀ ਹੋਣੀ। ਵਰ ਜਿੰਨਾ ਮਰਜ਼ੀ ਜਾਵੇ, ਮੈਨੂੰ ਤੇ ਉਦੋਂ ਪਤਾ ਲੱਗਣਾ ਜਦੋਂ ਮੇਰੇ ਚ ਬੂੰਦ ਡਿੱਗਣੀ। ਤੇ ਸਾਹਿਬ ਜੀ ਕਹਿੰਦੇ ਇਹਦੇ ਬੱਦਲ ਚੜ ਕੇ ਆਇਆ ਹੈ, ਇਹ ਕਿਸੇ ਦੇ ਆਰਡਰ ਚ ਆਇਆ ਹੈ। ਤਿਸ ਨੂੰ ਮਨ ਵਸਾਏ ਸੀ, ਅੱਗੇ ਆ ਵੀ ਜੀ ਆਖਿਆ ਨਾ ਉਹਨੂੰ, ਉਹਨੂੰ ਰੱਖੋ ਮਨ ਮਾਏ। ਤਿਸ ਨੂੰ ਮਨ ਵਸਾਏ ਸੀ, ਉਸ ਵਾਹਿਗੁਰੂ ਨੂੰ ਉਹ ਮਨ ਚ ਵਸਾਊਗਾ ਜਿਸ ਨੂੰ ਨਜ਼ਰ ਕਰੇ। ਉਹ ਵਸਾਊ ਵੀ ਇਹਦਾ ਕੋਈ ਆਰਡਰ ਪਿੱਛੇ ਹੋ ਰਿਹਾ ਦੇਣ ਵਾਲਾ। ਉਹ ਆਇਆ, ਉਹਨੇ ਕਿਹਾ ਇੱਕ ਬੂੰਦ ਮੰਗਦਾ ਸੀ 9 ਜਾਮਿਆਂ ਤੋਂ। ਕਿੰਨਿਆਂ ਤੋਂ? 9 ਜਾਮਿਆਂ ਤੋਂ। ਤੇ ਜਾਓ ਅੱਜ ਵਰੋ। ਦੋ ਪਕਸ਼ੀ ਨੇ, ਇੱਕ ਪਪੀਆ ਇੱਕ ਮੋਰ, ਇੱਕ ਤਰਸਦਾ ਹੈ ਇੱਕ ਕੂਕਦਾ ਹੈ, ਕੀ ਫਰਕ ਹੈ? ਮੋਰ, ਮੋਰ ਤੇ ਪਪੀਏ ਬੋਲਦੇ ਦੇਖ ਬੱਦਲ ਕਾਲੇ, ਦੋਵਾਂ ਦਾ ਚਾਅ ਬੱਦਲ ਨੂੰ ਹੀ ਆ, ਹੋਰ ਕੋਈ ਚੀਜ਼ ਵੇਖ ਕੇ ਨਹੀਂ। ਜਦੋਂ ਤੇ ਭੁੱਖ 'ਚ ਫਰਕ ਪੈ ਗਿਆ, ਉਹ ਪਪੀਆ ਇੱਕ ਬੂੰਦ ਨਾਲ ਤ੍ਰਿਪਤ ਹੁੰਦਾ ਹੈ। ਉਹ ਕਹਿੰਦਾ ਨਹੀਂ, ਸਾਰੰਗ ਪ੍ਰੀਤ ਬੱਸੇ ਜਲ ਧਾਰਾ। ਮੋਰ ਨਹੀਂ ਕਹਿੰਦਾ ਵੀ ਮੇਰੀ ਇੱਕ ਬੂੰਦ ਨਾਲ ਪਿਆਸ ਬੁਝਣੀ, ਮੈਂ ਉਹ ਤਾਂ ਕਹਿੰਦਾ ਵਰ ਮੈਂ ਫਿਰ ਨੱਚੂੰਗਾ ਧਾਰਾ ਬਣ ਕੇ ਵਗ। ਤੇ ਸੱਚੀ ਮੁੱਚੀ ਫਿਰ ਜਦੋਂ ਬਾਟੇ ਚੋਂ ਦਿੱਤਾ, ਇੱਧਰ ਧਾਰਾ ਹੀ ਵਗੀਆਂ, ਪੂਰਾ ਕੁੰਡ ਹੀ ਖੁੱਲਾ। ਤੇ ਆਖਿਆ ਲੈ ਰੱਜ ਲਾ। 9 ਜਾਮਿਆਂ ਤੋਂ ਬਾਅਦ ਫਰਮਾਨ ਹੋਆ, ਬੋਲਦੀ ਰਹੀ ਜੀਵਾਤਮਾ, ਬੋਲਦੀ ਰਹੀ। ਮਹਾਰਾਜ ਜਿਹਨੂੰ ਤੁਸੀਂ ਅੰਮ੍ਰਿਤ ਕਹਿੰਦੇ ਹੋ ਵਿਖਾਓ ਤਾਂ ਸਹੀ, ਮਗਰ 10ਵੇਂ ਜਾਮੇ ਵਿੱਚ ਆਣ ਕੇ ਜਦੋਂ ਬਾਟਾ ਤਿਆਰ ਕੀਤਾ ਤੇ ਸਾਰੰਗ ਪ੍ਰੀਤ ਬੱਸੇ ਜਲ ਧਾਰਾ, ਹੁਣ ਮੋਰ ਬਣ ਕੇ ਬਹਿ ਗਿਆ। ਤੁਸੀਂ ਕਦੀ ਉਹ ਫੋਟੋ ਹੀ ਤੇ ਵਿਖਾਈ ਸੀ? ਕੋਈ ਨਹੀਂ, ਫੋਟੋ ਹੀ ਨਹੀਂ ਬਣਾਉਂਦੇ ਵੀ ਜਦੋਂ 5 ਬੈਠੇ ਸੀ ਤੇ ਇਤਰਾਂ 5 ਇਕੱਠੇ ਬੈਠੇ ਤੇ ਇਤਰਾਂ ਹੀ ਮੋਰ ਦੇ ਖੰਭ ਹੁੰਦੇ ਜਦੋਂ ਪੈਲ ਪੈਂਦੀ, ਚੰਗੀ ਤਰ੍ਹਾਂ ਵੇਖ ਲਓ ਪਿੱਛੋਂ ਐ ਹੁੰਦੀ, ਵੇਖੇ ਕਦੀ? ਇਤਰਾਂ ਬਣ ਜਾਂਦਾ। ਤੇ ਉਹਨੇ 5 ਨੇ ਇੱਕ ਸਿਰ ਝੁੱਕ ਕੇ ਵੇਖਿਆ ਵੀ ਅੱਜ ਵਰਨਾ ਹੈ ਉਹਨੇ, ਜਿਸ ਤਰ੍ਹਾਂ ਮੋਰ ਖੁਸ਼ ਹੁੰਦਾ ਹੈ। ਤੇ ਅੱਗੋਂ ਉਹ ਵੀ ਜਿਸ ਤਰ੍ਹਾਂ ਕਾਲੀਆਂ ਘੱਟਾ ਚੜ੍ਹ ਕੇ ਆਉਂਦੀਆਂ, ਉਹਦਾ ਨੀਲਾ ਦਮਾਲਾ ਉੱਤੇ ਚੱਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਇਸ ਤਰ੍ਹਾਂ ਲੱਗੇ ਵੀ ਨੀਲੇ ਅਸਮਾਨ ਦੇ ਵਿੱਚੋਂ ਇਹ ਜਿਹੜੀ ਤੇ ਤਲਵਾਰ ਨਿਕਲੀ ਗੁਰੂ ਸਾਹਿਬ ਦੀ, ਉਹਦੇ ਵਿੱਚੋਂ ਲਿਸ਼ਕਾਂ ਪਈਆਂ ਵੀ ਜੋ ਬਿਜਲੀ ਲਿਸ਼ਕਦੀ ਆ, ਫਿਰ ਕੜਕਿਆ ਵੀ ਪੂਰਾ ਮਾਹੌਲ ਬਣਿਆ, ਪੂਰਾ ਹੀ ਮਾਹੌਲ ਬਣਿਆ ਪਪੀਏ ਵਾਲਾ, ਜਿਸ ਤਰ੍ਹਾਂ ਬੱਦਲ ਆਉਂਦਾ ਚੜ੍ਹ ਕੇ। ਤੇ ਉਹਨੇ ਫਿਰ ਪਿਆਇਆ ਉਸ ਦਿਨ,
ਇੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਐਸੀ ਕਿਰਪਾ ਇੱਥੇ ਮਾਲਕ ਦੇ ਚਰਨਾਂ ਵਿੱਚ ਜਦੋਂ ਤੂੰ ਪੁਕਾਰ ਕਰੇਗਾ ਉਸੇ ਘੜੀ ਆਰਡਰ ਹੋ ਜਾਣਾ, ਤੂੰ ਕਰ ਤੇ ਸਹੀ। ਅੰਮ੍ਰਿਤ ਮਿੱਠਾ ਤਾਂ ਲੱਗੇ ਕਿਸੇ ਨੂੰ, ਅੰਮ੍ਰਿਤ ਦੀ ਪਰਿਭਾਸ਼ਾ ਤੇ ਕੋਈ ਸਮਝੇ ਵੀ ਅੰਮ੍ਰਿਤ ਪੀਵੇ ਅੰਮ੍ਰਿਤ ਸੋਹੇ, ਨਹੀਂ ਬਦਲ ਅੰਮ੍ਰਿਤ ਪੀਵੇ ਅਮਰ ਮੀਨ ਅਮਰ ਅਮਰ, ਜਿਹਨੇ ਜਿਹਨੇ ਅੰਮ੍ਰਿਤ ਪੀ ਲਿਆ ਉਹ ਮਰਨ ਤੋਂ ਰਹਿਤ ਹੋ ਗਿਆ। ਤੇ ਸਾਡੇ ਦੇ ਲੋਕੀ ਸਵਾਲ ਕਰਦੇ ਕਿ ਤੁਸੀਂ ਮਰਨ ਤੋਂ ਰਹਿਤ ਹੋ ਗਏ, ਲੋਕ ਸਵਾਲ ਕਰਦੇ ਵੀ ਤੁਸੀਂ ਹੁਣ ਨਹੀਂ ਮਰੋਗੇ। ਜੇ ਤੇ ਮੈਂ 5 ਕਕਾਰਾਂ ਦੀ ਰਹਿਤ ਵਿੱਚ ਰਹਿਤ ਮਰਿਆਦਾ 'ਚ ਪੱਕਾ ਹੋਇਆ ਤੇ ਮੇਰੇ ਕੋਲ ਸਰਟੀਫਿਕੇਟ ਹੈ ਵੀ ਹੁਣ ਮੈਂ ਮਰਨਾ ਨਹੀਂ। ਅੰਮ੍ਰਿਤ ਪੀਵੋ ਸਦਾ ਚਿਰ ਦਾ ਮਤਲਬ ਹਮੇਸ਼ਾ ਲਈ। ਹੁਣ ਤੂੰ ਵੇਖੋ ਦੋਵਾਂ ਚੀਜ਼ਾਂ ਦਾ ਸੁਮੇਲ ਆ, ਜੰਮਣਿਆ ਤੇ ਮਰਨੇ, ਜਨਮੰਗ ਤਾਂ ਮਰਨ, ਇਤਨਾ ਲਿਖਿਆ ਕਿੱਥੇ? ਹਰਖੰਗ ਤਾਂ ਸੋਗਨ ਕਿੱਥੇ? ਜਾਪ ਸਾਹਿਬ ਚ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਨਮੰਗ ਤਾਂ ਮਰਨਾ। ਜੇ ਤੂੰ ਜੰਮਿਆ ਤੇ ਮਰੇਗਾ ਵੀ, ਜੇ ਮਰਿਆ ਤੇ ਜੰਮੇਗਾ ਵੀ, ਕਿਉਂਕਿ ਬੀਜ ਦਾ ਕੀ ਕੰਮ ਆ, ਉਹ ਖਲੋਣਾ ਫਿਰ ਉਹਦੇ ਚੋਂ ਬੀਜ ਬਣ ਜਾਣੇ। ਇਹ ਤੇ ਇੱਕ ਚੇਨ ਚੱਲਦੀ ਰਹਿੰਦੀ। ਜਿੱਦਣ ਤੂੰ ਅੰਮ੍ਰਿਤ ਪੀ ਲੈ, ਅੱਜ ਤੋਂ ਤੂੰ ਅਮਰ ਹੋ ਗਿਆ, ਅੰਮ੍ਰਿਤ ਪੀਵੋ ਹੁਣ ਤੂੰ ਸਦਾ ਚਿਰ ਜੀਉਂਦਾ ਹੈ, ਤੇਰਾ ਮਰਨ ਨਹੀਂ ਹੋਣਾ। ਤੇ ਜੇ ਮਰਨ ਨਹੀਂ ਅੱਗੇ ਤੇ ਜਨਮ ਕਿੱਥੋਂ? ਵੇਖੋ ਟਰਮ ਪੂਰੀ ਹੋਣੀ ਹੈ ਨਾ, ਜੇ ਮਰਨਾ ਹੈ ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋਗੰਗ, ਖੁਸ਼ੀ ਆ ਤੇ ਸੋਗ ਆਊ, ਸੋਗ ਆ ਤੇ ਖੁਸ਼ੀ ਆਊ। ਇਹ ਦੋਵਾਂ ਚੀਜ਼ਾਂ ਦਾ ਸੰਬੰਧ ਆ। ਇੱਥੇ ਵੀ ਕਹਿੰਦੇ ਜਨਮਨ ਤੇ ਮਰਨ ਦਾ ਸੰਬੰਧ ਆ। ਤੇ ਜੇ ਤੁਸੀਂ ਮਰੇ ਹੀ ਨਹੀਂ ਤੇ ਜੰਮੋਗੇ ਕਿੱਥੇ? ਜੇ ਜੰਮੇ ਨਹੀਂ, ਅੱਜ ਤੋਂ ਤਾਂ ਖੇਲ ਖਤਮ ਕਰਤਾ ਨਾ ਬਾਟੇ ਵਿੱਚੋਂ ਮਾਲਕ ਨੇ। ਅੰਮ੍ਰਿਤ ਪੀਵੋ ਸਦਾ ਸਦਾ ਚਿਰ ਜੀਵੋ, ਸਦਾ ਚਿਰ ਲਈ ਸੰਦੀਵ ਕਾਲ ਲਈ ਹੁਣ ਤੂੰ ਜਿਉਂਦਾ ਹੈ, ਮਗਰ ਅਸੀਂ ਅੰਮ੍ਰਿਤ ਛਕਣ ਵਾਲਿਆਂ ਨੂੰ ਸੱਚ ਜਾਣ ਮਾਫ਼ ਕਰਿਓ ਜਿੰਨੇ ਸੁਣਦੇ ਹੋ ਫੇਸਬੁੱਕ ਤੇ ਗੁਰਮੁਖ ਰੂਹਾਂ। ਸਾਨੂੰ ਪਤਾ ਨਹੀਂ ਵੀ ਸਾਨੂੰ ਕੀ ਮਿਲਿਆ, ਤਾਂ ਹੀ ਭੁਲੇਖੇ ਨੇ ਸਾਰੇ। ਜਦੋਂ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਦੀ ਅਵਸਥਾ ਵਿੱਚ ਆਪਾਂ ਚਲੇ ਗਏ, ਤੇ ਜੰਮਣ ਮਰਨ ਦੇ ਵਿੱਚ ਅਸੀਂ ਬੰਸਾਵਲੀਆਂ ਕਿੱਥੋਂ ਬਣ ਗਏ? ਸਾਡਾ ਆਉਣ ਜਾਣ ਦਾ ਚੱਕਰ ਹੋਊ ਤੇ ਕਿਸੇ ਨਾਲ ਚੇਨ ਜਾ ਕੇ ਜੁੜੂਗੀ ਨਾ, ਤੇ ਜਦੋਂ ਉਹ ਖਤਮ ਹੀ ਕਰਤੀ ਤੇ ਫਿਰ ਜਿਹੜਾ ਆਪਾਂ ਕਹਿੰਦੇ ਸਾਡੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕਿਉਂ ਬਈ ਇਤਨਾ ਹੀ ਆ। ਪੰਜਾਂ ਨੂੰ ਕਿਹਾ ਪਹਿਲੋਂ ਪਹਿਲੋਂ ਪੰਜਾਂ ਨੂੰ ਕਿਹਾ ਜਿਹਦੇ ਨੰਬਰ ਦਿੱਤਾ ਵੀ ਤੁਹਾਡੇ ਪਿਤਾ ਦਾ ਨਾਮ ਕਿਆ ਹੋ? ਵੇਖੋ ਚਿੱਤ ਕੇ ਬੋਲਣਾ, ਉਤਨਾ ਨਹੀਂ ਬੋਲਣਾ। 5 ਪਿਆਰਿਆਂ ਨੂੰ ਕਿਹਾ ਹੋ ਵੀ ਤੁਹਾਡੇ ਪਿਤਾ ਦਾ ਨਾਮ ਗੁਰੂ? ਹਾਂ, ਆਪਾਂ ਵੀ ਸਾਰੇ ਕਿੰਨੇ ਜਿੰਨਾ ਜਿੰਨਾ ਅੰਮ੍ਰਿਤ ਛਕਿਆ, ਮਗਰ ਅੰਮ੍ਰਿਤ ਛਕਾਉਣ ਵੇਲੇ ਤੇ ਗੋਬਿੰਦ ਰਾਏ ਸੀ ਨੇ। ਫਿਰ ਪਹਿਲੋਂ ਕਿਤਨਾ ਕਹਿਤਾ ਵੀ ਅੱਜ ਤੋਂ ਤੁਹਾਡੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਆ। ਗੋਬਿੰਦ ਰਾਏ ਨੇ ਕਿਤਨਾ ਉਹ ਦਿਨ ਸੋਢੀ ਸੀ, ਜਿੱਦਣ ਗੋਬਿੰਦ ਰਾਏ ਸੀ ਉਹਨਾਂ ਚਿਰ ਸੋਢੀ ਸੀ, ਉਹਨੂੰ ਵੀ ਪਤਾ ਸੀ ਮੈਂ ਅੱਜ ਸੋਢੀ ਗਲੋਂ ਲਾਉਣਾ ਹੈ, ਨਹੀਂ ਪਤਾ ਲੱਗਦਾ। ਜਿਹੜਾ ਮੈਂ ਇੱਕ ਕਾਸਟ ਦਾ ਬਣ ਕੇ ਰਹਿ ਗਿਆ, ਇੱਕ ਜਾਤ ਦਾ, ਇੱਕ ਮਜ਼ਹਬ ਦਾ ਬਣ ਕੇ ਰਹਿ ਗਿਆ ਵੀ ਇੱਕ ਮੇਰੀ ਕੋਲਿਆ ਵੰਸ਼ ਆ,
ਅੱਜ ਵੰਸ਼ ਖਤਮ ਕਰਨੀ ਤੇ ਮੈਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨਾ, ਨਹੀਂ ਤੇ ਗੁੜ ਅੰਮ੍ਰਿਤ ਭਿੰਨੀ ਪੇ ਦੇਹੁ ਰੀ, ਜਿਹੜਾ ਭਰਿਆ ਹੀ ਅੰਮ੍ਰਿਤ ਦਾ ਸੀ ਉਹਨੂੰ ਅੰਮ੍ਰਿਤ ਦੀ ਕੀ ਜ਼ਰੂਰਤ ਸੀ। ਮਗਰ ਬਾਏ ਲਾ ਉਹਨਾਂ ਨੂੰ ਇਸ ਥਾਣੀ ਲੰਘਣਾ ਪੈਣਾ ਸੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਲਈ। ਅੰਮ੍ਰਿਤ ਦੀ ਇੰਨੀ ਦਾਤ ਵੱਡੀ ਆ ਵੀ ਜਿੱਦਣ ਤੁਸੀਂ ਅੰਮ੍ਰਿਤ ਛਕਦੇ ਹੋ ਤੁਸੀਂ ਤਾਂ ਛੱਕ ਕੇ ਵੀ ਕਮਲ ਸੰਧੂਓ, ਇਹ ਅਰਸ਼ ਬਿਰਮਾਨ ਆ, ਕੌਣ ਪ੍ਰਵਾਨ ਕਰੂ ਤੁਹਾਨੂੰ ਉੱਥੇ। ਸੱਚਾ ਨਾਨਕ ਕਥਨਾ ਕਰੜਾ ਬੜਾ ਔਖਾ ਹੈ, ਸੁਣਨਾ ਵੀ ਔਖਾ ਹੈ, ਕਹਿਣਾ ਵੀ ਔਖਾ ਹੈ। ਤਾਂ ਹੀ ਤਾਂ ਬਾਬੇ ਨੂੰ ਲੋਕਾਂ ਨੇ ਲਾਇਕ ਨਹੀਂ ਕੀਤਾ ਬਹੁਤਾ, ਕਿਹੜੇ ਨੂੰ, ਗੁਰੂ ਨਾਨਕ ਸਾਹਿਬ ਨੂੰ। ਮਹਾਂਪੁਰਸ਼ ਕਹਿੰਦੇ ਸੀ ਗੁਰਮੁਖ ਪਿਆਰੇ, ਉਹ ਕਹਿੰਦੇ ਵੀ ਬਾਬੇ ਦੇ ਲੋਕ ਪੁੱਛਦੇ ਨੇ ਵੀ ਜੇ ਏਡਾ ਵੱਡਾ ਪ੍ਰਚਾਰਕ ਇੰਨੇ ਦੇਸ਼ਾਂ ਵਿੱਚ ਗਿਆ ਤੇ ਭੀੜ ਕਿਉਂ ਨਾ ਇਕੱਠੀ ਕਰ ਸਕਿਆ। ਕੱਲ ਦੀ ਗੱਲ ਆ, ਰਾਧਾ ਸਵਾਮੀ ਤੁਰਿਆ ਨੇ 2 ਕਰੋੜ ਜੋੜ ਲੈ, ਦੂਸਰੇ ਨੇ ਜੋੜ ਲੈ, ਤੀਸਰੇ ਨੇ ਜੋੜ ਲੈ, ਬਾਬਾ ਕਿਉਂ ਨਾ ਇੰਨੀ ਦੁਨੀਆ ਜੋੜ ਸਕਿਆ। ਤੇ ਉਹ ਕਹਿੰਦੇ ਵੀ ਉਹਦੇ ਬੋਲ ਅੰਗਾਰ ਨੇ, ਅੱਗ ਲਾਉਂਦੇ ਨੇ ਕੂੜ ਨੂੰ, ਪੈਰਾਂ ਤੋਂ ਲੈ ਕੇ ਸਿਰ ਤੱਕ ਜਿੰਨਾ ਕੂੜਾ ਹੈ ਉਹਨੂੰ ਸਾੜਦੇ ਨੇ ਬਾਬੇ ਦੇ ਬਚਨ ਤੇ। ਸਾੜਨਾ ਕੋਈ ਚਾਹੁੰਦਾ ਨਹੀਂ, ਕਾਜੀ ਕਾਜੀ ਰਹਿਣਾ ਚਾਹੁੰਦਾ ਹੈ, ਹਿੰਦੂ ਬੜਾ ਕੀ ਆ, ਹਿੰਦੂ ਹਿੰਦੂ ਰਹਿਣਾ ਚਾਹੁੰਦਾ ਹੈ, ਚੰਗਾ ਹੁੰਦਾ ਸਾਹਮਣੇ ਆਉਂਦਾ, ਅੱਗ ਸੜ ਜਾਂਦੀ ਝੂਠ ਛੱਡ ਦਿੰਦਾ ਸੱਚ ਰਹਿ ਜਾਂਦਾ, ਨਹੀਂ ਪਤਾ ਬਚੇ ਤੇ ਤਾਂ ਹੀ ਅੱਜ ਕਹਿਣ ਡਿਆ ਨਾ। ਤੇ ਤੁਸੀਂ ਧੋਖਾ ਕਿਹਨੂੰ ਦੇ ਰਹੇ ਹੋ, ਬੰਦਾ ਧੋਖਾ ਕਦੀ ਕਿਸੇ ਨੂੰ ਨਹੀਂ ਦਿੰਦਾ, ਆਪਣੇ ਆਪ ਨੂੰ ਦਿੰਦਾ। ਜਿਹੜੇ ਇਹ ਲੋਕ ਅੱਜ ਕਹਿੰਦੇ ਆ ਵੀ ਉਹਦੀ ਕਿਤੇ ਬੰਸਾਵਲੀ ਜੁੜਦੀ ਸੀ ਜੀ, ਫਲਾਣ ਕਰਦੇ, ਇਹ ਬਚੇ ਲੋਕ ਨੇ, ਜੰਮਣ ਮਰਨ ਦੇ ਚੱਕਰ ਚ ਪਈ ਹੋਈ ਜੀਵ ਆਤਮਾ ਹੈ, ਜਿਹੜੀ ਅੱਜ ਹਿੰਦੂ ਆ, ਮੁਸਲਮਾਨ ਆ, ਈਸਾਈ ਆ, ਜਾਂ ਅਸੀਂ ਆਪਣਾ ਇੱਕ ਮਜ਼ਹਬ ਮੰਨ ਕੇ ਬਹਿ ਜਾਈਏ, ਸਾਡਾ ਕੋਈ ਮਜ਼ਹਬ ਨਹੀਂ ਹੋਣ, ਅਸੀਂ ਜਾਪਸਰ ਚ ਪਲਿਆ ਨਮਸਤੰਗ ਅਮਜਬੇ, ਤੇ ਫਿਰ ਸਾਡਾ ਮਜ਼ਹਬ ਕਿੱਥੋਂ ਆ ਗਿਆ ਵੀ ਵੱਖਰਾ। ਜੇ ਅਕਾਲ ਪੁਰਖ ਦੀ ਅਨਸਮਨਸਾ ਸੀ ਤੇ ਸਾਡਾ ਮਜ਼ਹਬ ਕਿੱਥੋਂ ਆ ਗਿਆ, ਅਸੀਂ ਵੀ ਤੇ ਮਜ਼ਹਬੀ ਬਣੇ ਆ, ਕੋਈ ਢਿੱਲੋਂ ਬਣਿਆ ਹੈ, ਕੋਈ ਮਾਨ ਸਾਹਿਬ ਬਣਿਆ ਹੈ, ਕੋਈ ਦੂਸਰਾ ਬਣਿਆ, ਕੋਈ ਗਿੱਲ ਬਣਿਆ, ਕੋਈ ਤੀਸਰਾ ਬਣਿਆ, ਕੋਈ ਚੌਥਾ ਬਣਿਆ, ਤੁਰੇ ਤੇ ਅਸੀਂ ਉੱਥੇ ਹੀ ਫਿਰਦੇ ਹਾਂ ਨਾ। ਸਾਨੂੰ ਵਿਆਖਿਆ ਕਰਨ ਦਾ ਲੋੜ ਹੀ ਨਹੀਂ ਸੀ ਪੈਣੀ, ਜੇ ਅਸੀਂ ਸਮਰੇ ਨਾ ਹੁੰਦੇ ਤੇ, ਜੇ ਅਸੀਂ ਰਾਏ ਨਾ ਹੁੰਦੇ ਤੇ, ਨਹੀਂ ਪਤਾ ਲੱਗਾ, ਸਾਨੂੰ ਵਿਆਖਿਆ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਵੇਖੋ ਜੀ ਸਾਡਾ ਤਾਂ ਸੜ ਗਿਆ ਸਭ ਕੁਛ, ਜਦੋਂ ਕਿਰਪਾਨਪੁਣ ਤੋਂ ਬਾਅਦ ਵੀ ਅਸੀਂ ਉਹ ਹੋਈ ਹਾਂ, ਪਤਾ ਲੱਗਾ, ਕਿਰਪਾਨਪੁਣ ਤੋਂ ਦਮਾਲੇ ਬੰਨਣ ਤੋਂ ਬਾਅਦ ਵੀ ਅਸੀਂ ਗਿੱਲਾਂ ਢਿੱਲੋਂ ਹਾਂ, ਸਾਡੀ ਆਈ ਡੀ ਬੋਲਦੀ ਆ ਵੀ ਇਹ ਫਲਾਣਾ ਹੈ। ਤੁਹਾਨੂੰ ਏਅਰਪੋਰਟ ਤੇ ਕੋਈ ਪੁੱਛੇ ਵੀ ਤੁਸੀਂ ਕੌਣ ਹੋ, ਇੰਗਲਿਸ਼ ਵਿੱਚ ਜੋ ਤੁਸੀਂ ਜਾਣਦੇ ਹੋ, ਤੁਹਾਨੂੰ ਗੋਰਾ ਪੁੱਛਦਾ ਤੁਸੀਂ ਕੌਣ ਹੋ, ਜਾਂ ਕੋਈ ਇੱਕ ਜਿਗਿਆਸੂ ਪੁੱਛਦਾ ਵੀ ਤੁਹਾਡਾ ਇਹ ਸਰੂਪ ਆ, ਤੁਸੀਂ ਕੌਣ ਹੋ, ਤੁਸੀਂ ਬੜੇ ਮਾਣ ਨਾਲ ਕਹਿਣਾ ਆਈ ਐਮ ਸਿੱਖ, ਤੁਸੀਂ ਸਿੱਖ ਹੋ, ਨਹੀਂ ਕੀ ਹੋ, ਦੋ ਗੱਲਾਂ ਕਹਿਤੀਆਂ ਉਸ ਦਿਨ, ਚਾਰ ਪੜਾਅ ਦੱਸੇ ਸੀ ਤੇ ਦੋ ਪੜਾਅ ਇਕੱਠੇ ਨਹੀਂ ਹੋ ਸਕਦੇ, ਇੱਕ ਤੇ ਬੋਲ ਤੁਸੀਂ ਕਿਉਂ ਨਹੀਂ ਕਹਿੰਦੇ, ਤੇ ਹਰ ਜੰਮਣ ਵਾਲੇ ਬੱਚੇ ਦੇ ਨਾਲ ਤੁਸੀਂ ਖਾਲਸਾ ਸ਼ਬਦ ਕਿਉਂ ਨਹੀਂ ਲਿਖਦੇ, ਖਾਲਸੇ ਦੇ ਘਰ ਖਾਲਸਾ ਹੀ ਪੈਦਾ ਹੋਣਾ, ਹਿੰਦੂ ਕੇ ਘਰ ਹਿੰਦੂ ਆਵੇ, ਸੂਦ ਜਨੇਊ ਪੜਗੜ ਪਾਵੇ, ਸੂਦ ਪਾਏ ਕਰੇ ਬਰਿਆਈ, ਨਾਤਾ ਧੋਤਾ ਥਾਏ ਨਾ ਪਾਈ, ਇੱਕ ਵਿਸ਼ਾ ਹੈ ਵੀ ਹਿੰਦੂ ਦੇ ਘਰ ਜੰਮਦਾ ਤੇ ਹਿੰਦੂ, ਖਾਲਸੇ ਦੇ ਘਰ ਜੰਮਿਆ ਬੱਚਾ
ਅਸੀਂ ਜੰਮਦੇ ਦਾ ਕਿਉਂ ਨਹੀਂ ਨਾਂ ਰੱਖਦੇ ਵੀ ਇਹ ਖਾਲਸਾ ਹੈ? ਕਿਉਂ ਨਾ ਇਸ ਸ਼ਬਦ ਨੂੰ ਦੁਨੀਆਂ ਤੱਕ ਪਹੁੰਚਾਈਏ ਵੀ ਇੱਕ ਖਾਲਸਾ ਸ਼ਬਦ? ਫਿਰ ਤੁਹਾਨੂੰ ਕੋਈ ਪੁੱਛੇ ਵੀ ਖਾਲਸਾ ਕੌਣ ਹੁੰਦਾ ਹੈ, ਖਾਲਸੇ ਦੀ ਪਰਿਭਾਸ਼ਾ ਕੀ? ਫਿਰ ਤੁਸੀਂ ਇੰਗਲਿਸ਼ ਬੋਲਣ ਵਾਲੇ ਬੜੀ ਤਸੱਲੀ ਕਰਾਓ ਉਹਨਾਂ ਦੀ ਵੀ ਜਿਹਦੇ 'ਚ ਕੋਈ ਖੋਟ ਨਹੀਂ, ਖੋਟ ਨਹੀਂ, ਪੂਰੇ ਦਾ ਪੂਰਾ ਹੀ ਸੋਨੇ ਦਾ ਸੋਨਾ। ਸਰਬਲੋ ਤਾਂ ਹੀ ਤਾਂ ਕਿਹਾ ਸੀ, ਸਰਬਲੋ ਦਾ ਮਤਲਬ ਕੀ? ਸੋਨੇ 'ਚ ਮਿਲਾਵਟ ਹੋ ਸਕਦੀ, ਪਿੱਤਲ 'ਚ ਮਿਲਾਵਟ ਹੋ ਸਕਦੀ, ਹਰ ਚੀਜ਼ 'ਚ, ਮਗਰ ਜਿਹੜਾ ਪੂਰਾ ਹੀ ਲੋਹਾ ਉਹਦੇ 'ਚ ਕੀ ਮਿਲਾਵਟ ਕਰੇ? ਇਹਦੇ ਵਿੱਚ ਮਿਲਾਵਟ ਹੋ ਹੀ ਨਹੀਂ ਸਕਦੀ। ਤਾਂ ਕਿਹਾ ਸੀ ਸਰਬਲੋ ਕੀ ਰੱਖਿਆ ਹਮਨੇ, ਜਿਹੜਾ ਪੂਰੇ ਦਾ ਪੂਰਾ ਹੀ ਹੋਊਗਾ ਉਹਦੀ ਰੱਖਿਆ। ਮਗਰ ਕਮਾਲ ਦੀ ਗੱਲ ਆ, ਅਸੀਂ ਆਈ ਐਮ ਸਿੱਖ, ਤੁਸੀਂ ਨੌ ਜਾਮਿਆਂ ਤੱਕ ਸਿੱਖ ਸੋ, ਹੁਣ ਤੁਸੀਂ ਜਿੰਨਾ ਕਿਰਪਾਨਾਂ ਪਾ ਲਈਆਂ, ਤੁਸੀਂ ਤਾਂ ਨਹੀਂ ਇਹ ਗੱਲ ਕਹਿ ਸਕਦੇ ਏਅਰਪੋਰਟ 'ਤੇ, ਕਿਉਂਕਿ ਤੁਹਾਡੇ ਨਾਮ ਦੇ ਨਾਲ ਢਿੱਲੋਂ ਲਿਖਿਆ ਹੈ, ਤੁਹਾਡੇ ਨਾਮ ਦੇ ਨਾਲ ਗਿੱਲ ਲਿਖਿਆ ਹੈ। ਉਹ ਕਹਿੰਦਾ ਉਹ ਖਾਲਸਾ ਕੀ ਅਤੇ ਗਿੱਲ ਕੀ? ਉਹਨੂੰ ਨਹੀਂ ਪਤਾ ਇਸ ਗੱਲ ਦਾ, ਮਗਰ ਕਹਿੰਦਾ ਦੋ ਸ਼ਬਦ ਥੋੜ੍ਹੇ ਹੋਣਗੇ, ਜਾਂ ਤਾਂ ਤੂੰ ਗਿੱਲ ਜਾਂ ਤੂੰ ਖਾਲਸਾ ਹੈ। ਜੇ ਤੂੰ ਖਾਲਸਾ ਤਾਂ ਤੂੰ ਗਿੱਲ ਨਹੀਂ, ਜੇ ਤੂੰ ਗਿੱਲ ਨਹੀਂ ਤਾਂ ਤੂੰ ਖਾਲਸਾ ਨਹੀਂ। ਇਹ ਗੱਲ ਮੇਰੇ ਸਤਿਗੁਰੂ ਪਾਤਸ਼ਾਹ ਪਿਤਾ ਜੀ ਕਹਿੰਦੇ ਆ ਵੀ ਜਿੱਦਣ ਜੀਵ ਆਤਮਾ ਪਕਾਰ ਕਰੂਗੀ ਇਹਨੂੰ ਅੰਮ੍ਰਿਤ ਮਿਲ ਜਾਣਾ ਹੈ, ਇਹਨੂੰ ਅੰਮ੍ਰਿਤ ਨਾਮ ਪਰਮੇਸ਼ੁਰ ਦਾ ਮਿਲ ਜਾਣਾ ਹੈ। ਅੰਮ੍ਰਿਤ ਨਾਮ ਪਰਮੇਸ਼ੁਰ ਤੇਰਾ ਜੋ ਸਿਮਰੇ ਸੋ ਜੀਵੇ, ਜਿਹੜਾ ਜਿਹੜਾ ਸਿਮਰਨ ਕਰੂਗਾ ਉਹ ਕੀ ਕਰੂ? ਜੀਂਦਾ ਹੋ ਜਾਊ। ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦੇ ਜਿਹੜੇ ਬਚਨ ਆਪਾਂ ਵਿਚਾਰਨੇ, ਤੀਸਰੇ ਪਾਤਸ਼ਾਹ ਦੀ ਪੱਟੀ ਆ, ਰਾਗ ਆ ਸਹੀ ਆ। ਕਮਾਲ ਦੀ ਕਹਾਣੀ ਵੇਖੋ, ਜਦੋਂ ਉਹ ਪੱਟੀ ਸੰਪੂਰਨ ਹੋਈ ਨਾਲ ਹੀ ਪੱਟੀ, ਨਹੀਂ ਤੇ ਪਹਿਲੇ ਤੋਂ ਬਾਅਦ ਦੂਸਰੇ ਦੀ ਵਾਰੀ ਆਉਂਦੀ, ਫਿਰ ਤੀਸਰੇ ਦੀ ਆਉਂਦੀ, ਰਾਗ ਦੇ ਹਿਸਾਬ ਨਾਲ ਜਦੋਂ ਬਾਣੀਆਂ ਉਚਾਰਦੇ ਮਹਾਰਾਜ। ਦੂਸਰੇ ਪਾਤਸ਼ਾਹ ਦੇ ਸਲੋਕ ਆਉਂਦੇ ਆ, ਇਤਨਾ ਸਿੱਧੀ ਬਾਣੀ ਨਹੀਂ ਕੋ ਆਉਂਦੀ। ਤੀਸਰੇ ਪਾਤਸ਼ਾਹ ਦੀ ਪੱਟੀ ਆਈ ਤੇ ਪੱਟੀ ਦੇ ਵਿੱਚ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀਨ ਦੁਨੀਆਂ ਦੇ ਮਾਲਕ ਨੇ ਅੱਖਰਾਂ ਦੀ ਵਿਆਖਿਆ ਕੀਤੀ, ਇਸ ਤਰ੍ਹਾਂ ਹੀ ਇਹਦੇ ਵਿੱਚ ਵੀ ਮਹਾਰਾਜ ਨੇ, ਤੀਸਰੇ ਪਾਤਸ਼ਾਹ ਨੇ ਕੁਝ ਅੱਖਰਾਂ ਦੀ ਵਿਆਖਿਆ ਕੀਤੀ। ਇੱਕ ਓਅੰਕਾਰ, ਇੱਕ ਵਾਹਿਗੁਰੂ ਪਰਮੇਸ਼ਵਰ, ਓਅੰਕਾਰ ਉਹਦਾ ਪਸਾਰਾ ਹੈ। ਓਅੰਕਾਰ ਨੂੰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਊੜੇ ਦਾ ਸਰੂਪ ਵੇਖੋ ਚੰਗੀ ਤਰ੍ਹਾਂ, ਸੁਰਤ 'ਚ ਲਿਆਓ, ਬਹੁਤਾ ਨਾ ਭੱਜਣਾ, ਅੱਖਰ ਤਾਂ ਇੱਕ ਹੀ ਬੜਾ ਹੈ। ਊੜੇ ਦਾ ਆਕਾਰ ਵੇਖੋ, ਜੇ ਤਾਂ ਤੁਸੀਂ ਦੁਨਿਆਵੀ ਤੌਰ 'ਤੇ ਭਾਸ਼ਾ ਵਿੱਚ ਊੜਾ ਵਰਤਣਾ ਹੈ ਫਿਰ ਕੀ ਹੈ? ਉੱਤੋਂ ਬੰਦ ਆ, ਅਤੇ ਸੱਚਮੁੱਚ ਜਿਹੜੀ ਦੁਨੀਆ ਹੈ ਉੱਤੋਂ, ਅਤੇ ਰੱਬ ਅਤੇ ਮੇਰੇ 'ਚ ਇਹੀ ਫਰਕ ਆ, ਮੈਂ ਜਿਹੜੀ ਚੀਜ਼ 'ਚ ਬਣਿਆ ਉੱਥੇ ਹੀ ਬੰਦ ਹੋ ਗਿਆ, ਰੱਬ ਸਾਰਿਆਂ ਵਿੱਚ ਵੜ ਕੇ ਵੀ ਬਾਹਰ ਆ। ਉੱਤੋਂ ਵੇਖੋ ਐਂ ਕੀਤਾ।
ਸਾਰਿਆਂ ਦੇ ਵਿੱਚ ਰਹਿ ਕੇ ਵੀ ਬਾਹਰ, ਕਾਲਖ ਵਿੱਚ ਰਹਿ ਕੇ ਵੀ ਕਾਲਖ ਤੋਂ ਰਹਿਤ ਆ ਵਾਹਿਗੁਰੂ ਪਰਮੇਸ਼ਰ। ਕਹਿੰਦੇ ਉਹ ਜਿਹੜਾ ਇੱਕ ਉਹ ਓਅੰਕਾਰ ਪਸਾਰੇ ਦਾ ਮਾਲਕ ਆ, ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਤੇ ਅੱਜ ਰਹੋ ਜੀ ਤੋਂ ਕੋਈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਤੂੰ ਬਹੁਤ ਲਿਖਿਆ, ਬਹੁਤ ਪੜ੍ਹਿਆ, ਮਗਰ ਕੀ ਪੜ੍ਹਿਆ, ਇੰਨਾ ਲਿਖਿਆ, ਇੰਨਾ ਲਿਖਿਆ, ਇੰਨਾ ਪੜ੍ਹਿਆ, ਲੇਖਾ ਛੁੱਟ ਗਿਆ ਹੀ, ਲੇਖੇ ਮੁੱਕ ਗਈ। ਅੱਜ ਪਾਤਸ਼ਾਹ ਜੀ ਤੀਸਰੇ ਪਾਤਸ਼ਾਹ ਕਹਿੰਦੇ ਮਨ ਬੋਲੋ, ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲਿਖ ਲਿਖ ਕੇ ਅੱਖਰ ਇਹੋ ਜਿਹੇ ਤੂੰ ਕੀ ਪੜ੍ਹੇ, ਕੀ ਵਿਦਵਤਾ ਪੜ੍ਹੀ। ਪਤਾ ਲੱਗਾ ਹੁਣ ਉਹ ਕੱਲ ਜਿਹਨੇ ਕਿਹਾ ਸੀ ਵੀ ਲਵ ਕੁਸ਼ ਦੀ, ਉਹ ਕਹਿੰਦਾ ਜੀ ਮੈਂ ਫਲਾਣੇ ਮਹਾਂਪੁਰਸ਼ਾਂ ਤੋਂ ਪੜ੍ਹਿਆ, ਮੈਂ ਤਾਂ ਉੱਥੋਂ ਵਿੱਦਿਆ ਲਈ। ਤੇਰੀ ਵਿੱਦਿਆ ਇਹ ਕਹਿੰਦੀ ਸੀ ਵੀ ਤੂੰ ਬਾਉਂਡ ਹੋ ਜਾ ਉਹਨਾਂ ਅੱਖਰਾਂ 'ਚ, ਕੀ ਤੇਰਾ ਦਿਮਾਗ ਵਿਕਸਿਤ ਨਹੀਂ ਹੋਇਆ ਵੀ ਇਹ ਗੱਲ ਕਦੀ ਨਾ ਸੋਚੀ ਹੋਗੀ, ਤੂੰ ਅੱਖਰਾਂ 'ਚ ਹੀ ਰਹਿ ਗਿਆ ਨਾ, ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗਏ ਅੱਖਰਾਂ 'ਚ ਹੀ ਰਹਿ ਗਿਆ ਨਾ, ਮਗਰ ਉੱਥੋਂ ਤੱਕ ਨਹੀਂ ਗਿਆ ਜਿਹਨੇ ਲਿਖੇ, ਨਹੀਂ ਪਤਾ ਜਿਹਨੇ ਲਿਖੇ ਤੇ ਇਸ ਸਿਰ ਨਾ ਆਏ, ਉੱਥੋਂ ਤੱਕ ਤੇ ਨਹੀਂ ਤੂੰ ਗਿਆ, ਉਹਨਾਂ ਅੱਖਰਾਂ ਦੇ ਕਲਾਮ ਬਣ ਕੇ ਰਹਿ ਗਏ ਉਹਨਾਂ ਜਿਹੜੇ ਪੜ੍ਹੇ ਸੀ। ਅੱਜ ਤੈਨੂੰ ਕੋਈ ਬੰਦਾ ਪੁੱਛੇ ਵੀ ਤੇਰੀ ਏਡੀ ਵਡੇਰੀ ਉਮਰ ਹੋ ਗਈ ਹੈ, ਤੂੰ ਅੱਜ ਤੱਕ ਇਹ ਨਹੀਂ ਜਾਣ ਸਕਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕੀ ਕਹਿੰਦੇ। ਪਤਾ ਲੱਗਾ ਮੈਂ ਜੀ ਫਲਾਣਿਆਂ ਤੋਂ ਪੜ੍ਹਿਆ, ਉਹਨਾਂ ਨੇ ਜਿਤਰਾ ਸਾਨੂੰ ਪੜ੍ਹਾਇਆ ਅਸੀਂ ਉਤਰਾ ਹੀ ਪੜ੍ਹਿਆ, ਇਹ ਤਾਂ ਕੋਈ ਗੱਲ ਨਾ ਹੋਈ, ਫਿਰ ਆਪਣਾ ਦਿਮਾਗ ਤੇ ਵਿਕਸਿਤ ਨਹੀਂ ਹੋਇਆ। ਜਿਤ ਉਹ ਇਸ ਤਰ੍ਹਾਂ ਮੈਂ ਜਿਸ ਤਰ੍ਹਾਂ ਇਸ ਬਲਬ ਦੇ ਥੱਲੇ ਕੋਈ ਰਵੇ ਸਾਰਾ ਜੀਵਨ ਤੇ ਕਹਿੰਦਾ ਜੀ ਮੈਂ ਲਾਈਟ ਵੇਖੀ ਬਲਬ ਦੀ, ਸੂਰਜ ਕਦੀ ਵੇਖਿਆ ਹੀ ਨਾ ਹੋਏ, ਇੱਕ ਬਲਬ ਦੀ ਲਾਈਟ ਨੇ ਤੇ ਤੈਨੂੰ ਇਹ ਗਿਆਨ ਕਰਾਇਆ ਵੀ ਲਾਈਟ ਹੁੰਦੀ ਆ, ਮਹਾਂਪੁਰਸ਼ਾਂ ਨੇ ਤੇ ਇਹ ਕਿਹਾ ਤੈਨੂੰ ਵਿਦਿਆ ਵਿੱਚ ਵੀ ਵਿਦਿਆ ਦੇ ਵਿੱਚ ਕੋਈ ਗਿਆਨ ਹੁੰਦਾ ਹੈ, ਮਗਰ ਨਮੋ ਗਿਆਨ ਗਿਆਨਿਆਂ ਤੱਕ ਤਾਂ ਨਹੀਂ ਗਿਆ, ਗਿਆਨ ਤੱਕ ਹੀ ਰਹਿ ਗਿਆ। ਇੱਥੇ ਮਹਾਰਾਜ ਪਾਤਸ਼ਾਹ ਜੀ ਬੜਾ ਸੋਹਣਾ ਵਚਨ ਕਰਦੇ, ਮਨ ਪਕੜ ਰਹੇ ਐਸਾ ਲੇਖਾ ਤੂੰ ਕੀ ਪੜ੍ਹਿਆ, ਇਹੋ ਜਿਹਾ ਲਿਖ ਲਿਖ ਕੇ ਤੂੰ ਕੀ ਪੜ੍ਹਿਆ, ਕੀ ਪੜ੍ਹੇ ਲਿਖੇ ਤੇ ਤੂੰ ਕੀ ਵਿਦਵਾਨ ਬਣਿਓ, ਲੇਖਾ ਦੇਣਾ ਤੇਰੇ ਸਿਰ ਰਿਹਾ, ਇੰਨੇ ਅੱਖਰ ਪੜ੍ਹੇ, ਇੰਨੀ ਪੜ੍ਹਾਈ ਕੀਤੀ ਤੇ ਲੇਖਾ ਤੇ ਰਹਿ ਗਿਆ ਹੈ, ਇਹਨਾਂ ਦੇ ਸਿਰ ਤੋਂ ਮੁੱਕ ਗਿਆ। ਤੁਸੀਂ ਜੋ ਤਮਾਸ਼ੇ ਵੇਖ ਰਹੇ ਹੋ ਨਾ, ਅੱਜ ਫਲਾਣੇ ਨੇ ਆ ਕਹਿਤਾ, ਟਿੰਗੜੇ ਨੇ ਆ ਕਹਿਤਾ, ਇਹ ਸਾਰੇ ਕੁਰਬਲ ਕੁਰਬਲ ਕਰ ਰਹੀ ਹੈ ਸੁਰਤ। ਸ਼ਬਦੇ ਕਾ ਨਬੇੜਾ ਸੁਣ ਤੂੰ ਔਦੂ, ਨਬੇੜਾ ਨਬੇੜਾ ਮੈਨੇ ਜਸਟਿਸ ਫੈਸਲਾ ਕੀਤਾ ਹੈ ਸ਼ਬਦ ਨੇ ਵੀ ਗੱਲ ਕੀ ਹੈ ਅਸਲੀ, ਬਿਨ ਨਾਵੇਂ ਮੁਕਤ ਬਿਨ ਨਾਵੇਂ ਜੋਗ ਨਾ ਹੋਈ, ਨਾਮ ਤੋਂ ਬਿਨਾ ਮਿਲਾਪ ਨਹੀਂ ਹੋਣਾ ਤੇ ਨਾਮ ਜਪਣ ਵਾਲਾ ਕੁਰਬਲ ਕੁਰਬਲ ਨਹੀਂ ਕਰਦਾ, ਲੇਖੇ ਦੀ ਗੱਲ ਕਰਦਾ। ਮੈਂ ਨਹੀਂ, ਮੈਂ ਤੇ ਜਪਿਆ ਨਹੀਂ। ਜੇ ਅੱਜ ਇਹਨਾਂ ਦੀ ਜਗ੍ਹਾ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਕੋਈ ਉਹੋ ਜਿਹੀ ਅਭਿਆਸੀ ਰੂਹ ਬੈਠੀ ਹੁੰਦੀ, ਇਸ ਤਰ੍ਹਾਂ ਹੀ ਕਰਦੀ, ਉਲਝ ਜਾਂਦੀ। ਉਲਝਦਾ ਕੌਣ ਹੈ? ਜਿਹੜਾ ਆਪ ਉਲਝਿਆ ਹੋਊਗਾ ਉਹਦੇ ਫੈਸਲੇ ਵੀ ਉਲਝਾਉਣਗੇ, ਇਹ ਨੋਟ ਕਰਿਓ। ਜਿਹੜਾ ਬੰਦਾ ਆਪ ਉਲਝਿਆ ਹੈ ਉਹਦੇ ਫੈਸਲੇ, ਉਹਦੀਆਂ ਵੀਡੀਓ, ਉਹਦੀਆਂ ਗੱਲਾਂ ਕੀ ਕਰਨਗੀਆਂ? ਉਲਝਾਉਣਗੀਆਂ। ਜਿਹੜਾ ਆਪ ਸੁਲਝਿਆ ਹੋ ਉਹ ਸੁਲਝਾਓ। ਇਹ ਸਾਰੇ ਕਿਤੇ ਨਾ ਕਿਤੇ ਉਲਝੇ ਅਸੀਂ। ਵੇਖੋ, ਇੱਕ ਤਾਂ ਦੁਸ਼ਮਣ ਨੇ ਸਾਡੇ ਤੇ ਵਾਰ ਕਰਤਾ, ਹੁਣ ਅਸੀਂ ਗੁੱਥਮ ਗੁੱਥਾ ਹੋਏ, ਫਲਾਣਾ ਕੁੱਤਾ ਹੈ ਜੀ, ਫਲਾਣਾ ਸੂਰ ਆ ਜੀ, ਫਲਾਣੇ ਦੀ ਮਾਂ, ਫਲਾਣੇ ਦੀ ਭੈਣ, ਗੰਦੀਆਂ ਗੱਲਾਂ ਕਰ ਰਹੇ। ਇਹ ਸੀ ਨਿਬੇੜੇ ਦੀ ਤੇ ਗੱਲ, ਇਹ ਕੁਝ ਨਹੀਂ ਕਹਿੰਦੀ। ਨਿਬੇੜਾ ਤੇ ਇਹ ਕੁਝ ਕਹਿੰਦਾ ਵੀ ਇਸ ਗੱਲ ਦਾ ਜਿਹੜੀ ਦਾ ਉਹਨੇ ਕਹਿਤੀ ਆ ਤੇ ਉਹਦਾ ਸਾਡੇ ਕੋਲ ਫੈਸਲਾ ਕੀ ਹੈ? ਤੇ ਜਿਉਂਦਾ ਜਾਗਦਾ ਗੁਰੂ ਆ,
ਨਹੀਂ ਪਤਾ ਲੱਗਾ। ਆਪਾਂ ਇਹਨੀ ਕੁ ਦਿੰਦੇ ਵੀ ਮੈਂ ਵੱਡਿਆਂ ਨੂੰ ਪੁੱਛ ਕੇ ਦੱਸੂਗਾ, ਉਹਨਾਂ ਨੂੰ ਪਤਾ ਹੋਣਾ। ਤੇ ਕਿਸੇ ਨੇ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਇਹ ਕੁਝ ਕਹਿੰਦੇ, ਮੈਂ ਕੀ ਕਹਿੰਦਾ, ਮੇਰੀ ਸੁਣੋ। ਤੇ ਫਿਰ ਇਤਰਾਂ ਦੇ ਟਰੰਟ ਥੱਲੇ ਲਿਖੇ ਨੇ ਵੀਡੀਓ ਦੇ ਵੀ ਜਿਹਨੂੰ ਵੇਖ ਕੇ ਵਧੋ ਵਧ ਬੰਦਾ ਖੋਲ ਲਵੇ ਵੀ ਇਹ ਇੰਨੇ ਇਤਰਾਂ, ਫਲਾਣੇ ਨੇ ਫੱਟੀ ਦੀ ਫੌਜ ਦੀ, ਫਲਾਣੇ ਨੇ ਆਹ ਕਹਿ ਦਿੱਤਾ, ਫਲਾਣੇ ਨੇ ਆਹ ਕਹਿ ਦਿੱਤਾ। ਸੁਹਿਰਦਤਾ ਨੀ ਗੀ ਕੌਮ ਨਾਲ, ਮੇਰਾ ਇਹ ਰੋਣਾ ਹੈ, ਮੇਰਾ ਇਹ ਦੁਖਾਂਤ ਆ। ਮੈਂ ਜੋ ਸਮਝਦਾ ਵੀ ਕਿਸੇ ਬੰਦੇ ਚ ਵੀ ਕੌਮ ਪ੍ਰਤੀ ਸੁਹਿਰਦਤਾ ਨੀ ਗੀ, ਕੌਮ ਲਈ ਸੁਹਿਰਦ ਹੋਣਾ ਕਿਸੇ ਦੇ ਬੋਲਾਂ ਵਿੱਚ ਅਜੇ ਦਿਸ ਨਹੀਂ ਰਿਹਾ। ਬਿਨੀ ਦੇ ਆਖਣ ਕੋਈ ਗੱਲ ਨਹੀਂ, ਉਹਨਾਂ ਨੇ ਕਹਿ ਦਿੱਤਾ ਤੇ ਆਓ ਆਪਾਂ ਬਹਿੰਦੇ ਹਾਂ ਸਾਰੇ ਭੈਣ ਭਰਾ ਇਕੱਠੇ ਹੋ ਕੇ, ਜਿੰਨੇ ਵਿਦਵਾਨ ਆ, ਚਲੋ ਅੱਗੇ ਸਾਡੇ ਮਤਭੇਦ ਹੋ ਸਕਦੇ। ਹੁਣ ਤੇ ਸਾਡੇ ਤੇ ਅਟੈਕ ਹੀ ਇਹ ਹੋ ਗਿਆ ਵੀ ਤੁਸੀਂ ਹਿੰਦੂ ਜੇ, ਜਿਹੜੀ ਕਦੋਂ ਤੋਂ ਕਿਤੇ ਰੱਖੀ ਸੀ ਇਹਨਾਂ ਦੇ ਮਨ ਦੇ ਵਿੱਚ ਵੀ ਤੁਸੀਂ ਹਿੰਦੂ ਜੇ, ਉਹ ਅੱਜ ਉਹਨਾਂ ਨੇ ਬਾਹਰ ਕੱਢ ਕੇ ਇੱਕ ਵੱਡੀ ਪਦਵੀ ਤੋਂ ਬਹਿ ਕੇ ਕਹਿ ਦਿੱਤੀ ਵੀ ਤੁਸੀਂ ਹਿੰਦੂ ਜੇ, ਪਤਾ ਲੱਗਿਆ। ਤੇ ਹੁਣ ਸਾਨੂੰ ਸਿਰ ਜੋੜ ਕੇ ਇੱਕ ਦੂਸਰੇ ਨੂੰ ਗਾਲਾਂ ਕੱਢਣ ਦੀ ਜਗ੍ਹਾ ਤੇ ਪਿਓ ਨੂੰ ਪੁੱਛੀਏ, ਜਿਹੜਾ ਨਿਬੇੜਾ ਕਰਨ ਵਾਲਾ ਗੁਰੂ ਨਿਬੇੜਦਾ ਹੈ, ਗੁਰੂ ਨਿਬੇੜਦਾ ਹੈ ਨਾ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿੰਨ ਕਾ ਲੇਖਾ ਨਿਬੜਿਆ, ਨਿਬੇੜਨ ਕਰਨ ਵਾਲਾ ਤੇ ਗੁਰੂ ਆ। ਤੇ ਕੋਈ ਇੱਕ ਵੀਡੀਓ ਸੁਣਾਓ ਜਿਹਦੇ ਚ ਜੇ ਸਾਨੂੰ ਪਤਾ ਨੀ ਨਾ ਲੱਗ ਰਿਹਾ ਕਿਸੇ ਨੂੰ, ਕੋਈ ਇੱਕ ਬੋਲ ਰਿਹਾ, ਕੋਈ ਇੱਕ ਬੋਲ ਰਿਹਾ, ਕੋਈ ਇੱਕ ਬੋਲ ਰਿਹਾ, ਆਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ, ਮਹਾਰਾਜ ਕੀ ਗੱਲ ਆ, ਅਸੀਂ ਹਿੰਦੂ ਆ, ਮੇਰਾ ਸਾਹਿਬ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ ਤੁਹਾਨੂੰ ਕਰੋੜ ਪ੍ਰਮਾਣ ਦਊਗਾ ਤੁਸੀਂ ਹਿੰਦੂ ਨੇ, ਉਹਨੂੰ ਤਾਂ ਪੁੱਛ ਹੀ ਨਹੀਂ ਰਿਹਾ। ਉਲਝ ਤਾਂ ਆਪ ਹੀ ਗਏ ਉਹ, ਕੋਈ ਟਕਸਾਲ ਨੂੰ ਗਾਲਾਂ ਕੱਢੀ ਜਾਂਦਾ, ਕੋਈ ਨਿਹੰਗਾਂ ਨੂੰ ਗਾਲਾਂ ਕੱਢੀ ਜਾਂਦਾ, ਕੋਈ ਦੂਸਰਿਆਂ ਨੂੰ ਕੱਢੀ, ਕੋਈ ਮਿਸ਼ਨਰੀਆਂ ਨੂੰ ਕੱਢੀ ਜਾਂਦਾ, ਕੋਈ ਤੀਸਰਿਆਂ ਨੂੰ। ਇਹ ਤਾਂ ਉਹ ਲੋਕ ਆ ਜੀ ਕੋ ਪੱਤੇ ਦਰਖਤ ਨਾਲੋਂ ਟੁੱਟ ਗਏ ਹੁਣ ਪਤਾ ਲੱਗਾ, ਤੇ ਗਲੀ ਦੇ ਵਿੱਚ ਆਪਸ ਵਿੱਚ ਹੀ ਖਹਿ ਖਾ ਕੇ ਖੜ 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 ਕਰਦੇ ਹੋ, ਮੂਲ ਤੋਂ ਟੁੱਟੇ। ਮੂਲ ਕੀ? ਗੁਰੂ ਗ੍ਰੰਥ ਸਾਹਿਬ। ਜਾਂ ਤੇ ਦੱਸੋ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਗੁਰੂ ਨਹੀਂ? ਜੇ ਹਾਜ਼ਰ ਨਾਜ਼ਰ ਗੁਰੂ ਆ ਤੇ ਉਹਦੇ ਕੋਲੋਂ ਫੈਸਲਾ ਲੈ ਲਓ, ਸਾਰੇ ਬਹਿ ਬੈਠੋ ਤੇ ਫਿਰ ਉਸ ਅੰਗ ਦੇ ਵਿਆਖਿਆ ਕਰਕੇ ਚੰਗੇ ਕਿਸੇ ਗੁਰਮੁਖ ਪਿਆਰੇ ਕੋਲੋਂ ਤੇ ਸਾਰੇ ਸਮਾਜ ਨੂੰ ਵੰਡ ਦਿਓ, ਘਰ ਘਰ ਪਰਚੇ ਭੇਜ ਦਿਓ, ਵੇਖੋ ਜੀ ਅਸੀਂ ਹਿੰਦੂ ਨਹੀਂ, ਪਤਾ ਲੱਗਾ ਅਸੀਂ ਈਸਾਈ ਨਹੀਂ, ਅਸੀਂ ਮੁਸਲਮਾਨ ਨਹੀਂ, ਕੁਛ ਵੀ ਨਹੀਂ, ਅਸੀਂ ਤੇ ਇੱਕ ਵਿਚਾਰ ਹਾਂ, ਕੋਈ ਵੀ ਅਪਣਾ ਲੈ। ਗੰਨੇ ਨੂੰ ਚੁੱਕ ਕੇ ਖੜਿਆ ਜਾ ਸਕਦਾ ਹੈ ਤੇ ਗੰਨਾ ਚੁੱਕੀ ਫਿਰ ਉਹ ਜਿੰਨਾ ਚਿਰ ਮਰਜ਼ੀ ਗੰਨਾ ਕਿਸੇ ਦੇ ਸਿਰ ਚ ਵੀ ਵੱਜਦਾ, ਸਿਰ ਵੀ ਪਾੜ ਦਿੰਦਾ, ਰੋਹਤ ਨੀ ਪਾੜਦੀ, ਰਸ ਤਾਂ ਨੀ ਕਿਸੇ ਦਾ ਸਿਰ ਪਾੜਦਾ, ਮਿੱਠਾ ਹੀ ਮਿੱਠਾ। ਇਤਨਾ ਹੀ ਤੁਸੀਂ ਜਿੱਥੇ ਗੰਨੇ ਬਣ ਕੇ ਰਹੇ, ਤੁਹਾਡੀ ਵਿਚਾਰ ਨਾ ਬਾਹਰ ਆਈ ਗੁਰੂ ਸਾਹਿਬ ਦੀ ਦਇਆ ਦੇ ਨਾਲ, ਵੇਲਣੇ ਚ ਪਾ ਕੇ ਵਿਚਾਰ ਰੋਹ ਕੱਢਣੀ, ਗੁਰੂ ਦੀ ਮਰਿਆਦਾ ਵਿੱਚ ਰਹਿ ਕੇ ਵਿਚਾਰ ਕੱਢਣੀ ਜਿਹੜੀ ਵਿੱਚੋਂ ਆਪਣੇ, ਤੇ ਜਿੱਦਣ ਵਿਚਾਰ ਬਣ ਜੂਗੀ ਉਦੋਂ ਗੁੜ ਵੀ ਬਣੂਗਾ, ਉਦੋਂ ਸ਼ੱਕਰ ਵੀ ਬਣੂਗੀ, ਉਦੋਂ ਮਿੱਠਾ ਮਿੱਠਾ ਸਾਰੇ ਲੋਕੀ ਕਹਿਣਗੇ। ਤੁਸੀਂ ਤੇ ਗੰਨੇ ਹੋ ਅਜੇ, ਇੱਕ ਦੂਸਰੇ ਦੇ ਸਿਰ ਚ ਵੱਜ ਰਹੇ ਹੋ, ਤੇ ਗੰਨਾ ਕਿੰਨਾ ਸਖਤ ਹੁੰਦਾ, ਕਿਸੇ ਨੇ ਗੰਨੇ ਦੀ ਮਾਰ ਖਾਧੀ ਹੋਵੇ ਉਹਨੂੰ ਪਤਾ ਹੈ ਬਹੁਤ ਜ਼ਿਆਦਾ ਪੀੜ ਹੁੰਦੀ ਉਹਦੀ। ਇਹ ਅੱਜ ਬੋਲਣ ਚੋਂ ਇੱਕ ਦੂਸਰੇ ਦੇ ਚੋਂ ਕੀ ਹੋ ਰਹੀ, ਕਹਿੰਦਾ ਆਹ ਸੁਣ ਕੇ ਵੇਖੋ ਜੀ ਵੀਡੀਓ, ਉਹ ਫਲਾਣਾ ਕੁੱਤਾ ਹੈ ਜੀ, ਉਹ ਫਲਾਣੇ ਦਾ ਪੁੱਤ ਆ ਜੀ, ਉਹਨੇ ਫਲਾਣੇ ਸੂਰ ਦਾ, ਇੱਕ ਗੱਲਾਂ ਮਸਲੇ ਹੱਲ ਹੋ ਜਾਣਗੇ। ਮੇਰੇ ਸਾਹਿਬ ਜੀ ਵੀ ਅੱਜ ਇਹੀ ਕਹਿੰਦੇ, ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਿਹਾ। ਪੱਕ ਦ੍ਰਿੜ ਕਰੋ ਵੀ ਲੇਖਾ ਤੇ ਫਿਰ ਸਿਰ ਤੇ ਹੀ ਰਹਿ ਗਿਆ, ਇੰਨੀ ਪੜ੍ਹਾਈ ਕੀਤੀ। ਪੰਡਿਤ ਨੂੰ ਗੁਰੂ ਸਾਹਿਬ ਜੀ ਕਹਿ ਰਹੇ ਵੀ ਤੂੰ ਇੰਨੀ ਪੜ੍ਹਾਈ ਕੀਤੀ, ਪੰਡਿਤ ਬਣ ਕੇ ਮਨ ਨੂੰ ਪੰਡਿਤ ਬਣਾ ਕੇ ਕਹਿ ਰਹੇ ਵੀ ਤੂੰ ਇੰਨੀ ਪੜ੍ਹਾਈ ਕੀਤੀ, ਪੜ੍ਹਨ ਤੋਂ ਬਾਅਦ ਵੀ
ਹਿਸਾਬ ਕਿਤਾਬ ਤੇ ਤੇਰਾ ਮੁੱਕਿਆ ਹੀ ਨਹੀਂ। ਆਇਓ ਅੰਗ ਹੈ ਸਭ ਜਗ ਆਇਆ। ਮਹਾਰਾਜ ਪਾਤਸ਼ਾਹ ਕਹਿੰਦੇ ਵੀ ਇਹ ਦੋ ਅਕਸ਼ਰ ਜਿਹੜੇ ਆਇਓ ਤੇ ਅੰਗੇ ਆ, ਇਸ਼ਾਰਾ ਕਰਦੇ ਵੀ ਤੂੰ ਇਸ ਜਗਤ ਵਿੱਚ ਆਣ ਕੇ ਆਹ ਗੱਲ ਸਮਝ ਵੀ ਸਾਰਾ ਜਾ ਕੇ ਇੱਥੇ ਪਰਮੇਸ਼ਵਰ ਦੇ ਹੁਕਮ 'ਚ ਆਇਆ। ਕੱਖ ਹੈ ਕੰਗ ਹੈ ਕਾਲ ਪਿਆ, ਇਹ ਜ਼ਿੰਦਗੀ ਬਤੀਤ ਕਰਦਿਆਂ ਕਰਦਿਆਂ ਸਮਾਂ ਲੰਘ ਗਿਆ ਤੇ ਮੌਤ ਆਣ ਕੇ ਕਾਲ ਪਿਆ, ਕਾਲ ਸਿਰ ਤੇ ਬਹਿ ਗਿਆ। ਰੀ ਰੀ ਲੱਲੀ ਇਹ ਕੁਐਸਚਨ ਮਾਰਕ ਨੇ, ਤੇ ਅਸੀਂ ਕੀ ਕਰਦੇ ਫਿਰਦੇ ਹਾਂ ਇੱਕ ਦੂਸਰੇ ਨੂੰ ਕੁਐਸਚਨ ਹੀ ਕਰਦੇ ਫਿਰਦੇ ਨੇ। ਭਾਜੀ ਮੇਰਾ ਇੱਕ ਸਵਾਲ ਆ, ਵੇਖਿਆ ਕਿੰਨੇ ਲੋਕੀ ਨੇ ਨਹੀਂ ਪਤਾ ਸਾਰਾ ਹੀ, ਕੋਈ ਵੀ ਤੁਸੀਂ ਕਿਸੇ ਕੋਲ ਖਲੋ ਕੇ ਵੇਖ ਭਾਜੀ ਮੇਰਾ, ਤੇ ਉਹ ਕਹਿੰਦਾ ਜਿੰਨਾ ਸਵਾਲਾਂ ਦਾ ਬੋਝ ਹੈ ਨਾ, ਸਵਾਲਾਂ ਦਾ ਬੋਝ ਹੈ ਜਿੰਨਾ ਬੰਦੇ ਦੇ ਮਨ ਦੇ ਉੱਤੇ, ਉਹਨਾਂ ਫਿਜੀਕਲੀ ਬੋਝ ਚੁੱਕ ਲਵੇ ਤੇ ਉਹਨਾਂ ਨੁਕਸਾਨ ਨਹੀਂ ਗਾ। ਜਿੰਨਾ ਵਿਚਾਰਾਂ ਦਾ ਬੋਝ ਹੈ ਤੇ ਸਵਾਲਾਂ ਦਾ ਬੋਝ ਹੈ ਬੰਦੇ ਤੇ, ਬੰਦਾ ਡਿਪਰੈਸ਼ਨ ਵਿੱਚ ਕਿਉਂ ਜਾਂਦਾ? ਸਵਾਲ ਹੀ ਸਵਾਲ ਤੇ ਸਵਾਲ, ਸਵਾਲ ਤੇ ਸਵਾਲ, ਜਿਹਦੇ ਅੰਦਰ ਖੜੀ ਜਾਣਗੇ ਉਹ ਡਿਪਰੈਸ਼ਨ ਵਿੱਚ ਚੱਲ ਜੂ। ਬਹੁਤ ਸਾਰੇ ਲੋਕ ਨੇ ਜਿਹੜੇ ਡਿਪਰੈਸ਼ਨ ਵਿੱਚ ਗਏ ਨੇ, ਉਹਨਾਂ ਦਾ ਇਲਾਜ ਹੀ ਕੋਈ ਨਹੀਂ, ਤੇ ਸਵਾਲ ਦਾ ਜਵਾਬ ਲੱਭਦਾ ਕਿਸੇ ਕੋਲ ਨਹੀਂ, ਇੱਕੇ ਕੋਲ ਹੀ ਹੈ, ਉਹਦੇ ਕੋਲ ਜਾਂਦੇ ਨਹੀਂ। ਜਿਹਦੇ ਕੋਲ ਸਵਾਲਾਂ ਦਾ ਜਵਾਬ ਆ ਉਹਦੇ ਕੋਲ ਹੀ ਨਹੀਂ ਜਾਂਦੇ। ਤੇ ਮੇਰੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਤੇਰੇ ਸਿਰ ਤੇ ਆ ਗਿਆ ਰੀ ਰੀ ਲੱਲੀ, ਕਰਦਿਆਂ ਗੱਲਾਂ ਗੱਲਾਂ ਪਾਪ ਕਮਾਣੇ, ਸਵਾਲ ਕਰਦਿਆਂ ਕਰਦਿਆਂ ਸਵਾਲ ਕੁਐਸਚਨ ਪੁੱਛਦਿਆਂ ਬੜੇ ਬੜੇ ਪਾਪ ਹੋ ਜਾਂਦੇ ਮੂੰਹ ਦੇ ਵਿੱਚੋਂ, ਆ ਕਰ ਹੀ ਰਹੇ ਨੇ ਜਿਹੜੇ ਸਾਹਿਬ ਦੇ ਉੱਤੇ ਕੁਐਸਚਨ ਮਾਰਕ ਕਰ ਰਹੇ ਨੇ, ਕੋਈ ਬਾਣੀ ਤੇ ਕਰ ਰਿਹਾ, ਕੋਈ ਇਤਿਹਾਸ ਤੇ ਕਰ ਰਿਹਾ, ਉਹ ਆਪਣੀ ਖੱਟੀ ਖੱਟ ਰਿਹਾ। ਗੁਰੂ ਨੇ ਜਿੱਥੇ ਲਾਏ ਜਿੱਤ ਲਾਇਆ ਤਿੱਤ ਲੱਗਾ, ਜਿੱਤਣਾ ਕਿਸੇ ਨੇ ਜਿੱਤ ਜਿੱਤ ਲਾਭ ਉਹ ਤਿੱਤ ਲੱਗਣਾ, ਨਾਨਕ ਕਰਤੇ ਕੀ ਜਾਣੇ। ਜਿੱਤ ਜਿੱਤ ਲਾਭ ਉਹ ਤਿੱਤ ਲੱਗੇ ਹਰ ਨਾਥ, ਕਦੀ ਗੁੱਸਾ ਨਾ ਕਰਿਆ ਕਰੋ, ਨਾ ਖੋਲੋ ਵੀਡੀਓ, ਕਿਉਂ ਖੋਲਦੇ ਹੋ? ਜਿਸ ਜਿਸ ਬੰਦੇ ਦਾ ਪਤਾ ਲੱਗ ਗਿਆ ਵੀ ਇਹਨੇ ਆਹ ਕੁਝ ਕਹਿਣਾ ਹੈ, ਪਤਾ ਲੱਗ ਗਿਆ ਸੁਭਾਅ ਦਾ, ਫਿਰ ਉਹਦੀ ਵੀਡੀਓ ਖੋਲ ਕੇ ਦੁਖੀ ਕਿਉਂ ਹੁੰਦੇ ਹੋ? ਮਾਲਕ ਨੇ ਕਹਿਤਾ ਵੀ ਵੇਖੋ ਤੁਸੀਂ ਇਹਨਾਂ ਤੋਂ ਦੁਖੀ ਨਾ ਹੋ, ਜਿੱਤ ਜਿੱਤ ਲਾਵੋ ਤਿੱਤ ਲੱਗੇ ਲੱਗੇ ਹਰ ਨਾਥ, ਹੇ ਹਰੀ ਵਾਹਿਗੁਰੂ ਪਰਮੇਸ਼ਵਰ ਜੀ ਜਿਤਨਾ ਤੁਸੀਂ ਇਹਨਾਂ ਨੂੰ ਲਾਇਆ ਉੱਥੇ ਲੱਗੇ ਨੇ। ਨਾਨਕ ਇਨਕੇ ਕਛੂ ਨਾਥ, ਇਹ ਨਹੀਂ ਬੋਲ ਰਹੇ ਜਿੱਧਰ ਤੂੰ ਲਾਇਆ, ਜੋ ਤੂੰ ਇਹਨਾਂ ਨੂੰ ਬੁਲਾ ਰਿਹਾ, ਤੇ ਅਸੀਂ ਉਹਦੇ ਬੁਲਾਏ ਹੋਏ ਬੋਲਾਂ ਤੋਂ ਦੁਖੀ ਹੋ ਰਹੇ। ਜਦੋਂ ਸਾਨੂੰ ਪਤਾ ਲੱਗਿਆ ਵੀ ਆਹ ਪੰਜ ਸੱਤ ਕਾਂ ਇਸ ਤਰ੍ਹਾਂ ਦੇ, ਇਹਨਾਂ ਦਾ ਕੰਮ ਹੀ ਕਾਂ 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 ਕਰਦਾ, ਹਜ਼ਾਰਾਂ ਕਾਂ ਇੱਥੋਂ ਦੀ ਸ਼ਾਮ ਨੂੰ ਲੰਘ ਕੇ ਜਾਂਦੇ, ਤੁਸੀਂ ਨਹੀਂ ਵੇਖੇ? ਅਸੀਂ ਵੇਖੇ, ਰੋਜ਼ ਸੈਰ ਕਰਨ ਜਾਂਦੇ ਹਾਂ ਤੇ ਇੱਧਰੋਂ ਕਿਤੇ ਆਉਂਦੇ, ਤੇ ਮੈਂ ਪੁੱਛਿਆ ਤੇ ਮੇਰੇ ਨਾਲ ਸੀ ਜਿਹੜਾ, ਉਹ ਕਹਿੰਦਾ ਇਹ ਆਪਣੀ ਰੋਜ਼ੀ ਰੋਟੀ ਕਮਾ ਕੇ ਆਏ ਨੇ ਆਪਣੇ ਘਰਾਂ ਨੂੰ ਚੱਲੇ। ਉਹ ਵੱਡੇ ਵੱਡੇ ਲੰਮੇ ਦਰਖਤਾਂ ਤੇ ਬਹਿ ਜਾਂਦੇ ਤੇ ਕਾਂ 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 ਕਰਦੇ, ਤੇ ਕੋਈ ਇੰਟਰਵਿਊ ਵਾਲਾ ਉਹਨਾਂ ਕੋਲ ਚੱਲ ਜਾਏ, ਧਿਆਨ ਦਿਓ, ਐਵੇਂ ਨਹੀਂ ਕਹਿ ਰਹੇ, ਕੋਈ ਇੰਟਰਵਿਊ ਵਾਲਾ ਚੱਲ ਜਾਏ ਉਹਨਾਂ ਕੋਲ ਵੀ ਕੀ ਗੱਲ ਹੋਈ, ਵੀ ਰੌਲਾ ਕਾਹਦਾ, ਪਤਾ ਲੱਗਾ ਵੀ ਕਾਹਦਾ ਰੌਲਾ ਹੈ। ਤੇ ਉਹ ਸਾਰੇ ਸ਼ਾਂਤ ਹੋ ਕੇ ਕਹਿਣਗੇ ਮੈਨੂੰ ਨਹੀਂ ਪਤਾ ਉਹ ਬੋਲਦਾ ਸੀ, ਮੈਂ ਤਾਂ ਬੋਲਿਆ। ਤੇ ਦੂਸਰੇ ਨੂੰ ਪੁੱਛੋ, ਕਹਿੰਦਾ ਨਹੀਂ ਮੈਨੂੰ ਨਹੀਂ, ਉਹ ਬੋਲਦਾ ਸੀ ਮੈਂ ਤਾਂ ਬੋਲਿਆ। ਅੱਜ ਕੀ ਇੱਕ ਕਾਂ ਬੋਲਿਆ ਭੰਗਵੇਂ ਕੱਪੜੇ ਪਾ ਕੇ, ਤੇ ਪਤਾ ਨੀ ਇਸ ਕਾਂ ਨੂੰ ਵੀ ਮੈਂ ਕੀ ਕਿਹਾ, ਪਤਾ ਉਹਨੂੰ ਵੀ ਨੀ ਮੈਂ ਕੀ ਕਿਹਾ, ਪਹਿਲੇ ਦਿਨ ਹੀ ਕਿਹਾ ਸੀ ਕਿਹੜੇ ਰਾਮ ਨੂੰ ਪ੍ਰਮੋਟ ਕਰ ਰਿਹਾ। ਇੱਕ ਕਾਂ ਬੋਲਿਆ ਉਹਦੇ ਵੱਲ ਵੇਖ ਕੇ, ਕਮਾਲ ਦੀ ਗੱਲ, ਅਸੀਂ ਵੀ ਕਾਂ ਬਣ ਕੇ ਕਾਂ 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 ਕਰਨਾ ਸ਼ੁਰੂ ਕਰਤਾ। ਤੇ ਭਾਈ ਗੁਰਦਾਸ ਜੀ ਨੇ ਇਹਦਾ ਨਿਬੇੜਾ ਕੀਤਾ ਵੀ ਕਾਵਾਂ ਰੌਲਾ ਮੂਰਖ ਸੰਗੇ, ਕਾਵਾਂ ਰੌਲਾ ਮੂਰਖ ਸੰਗੇ, ਅਰਥ ਕੀ ਬਣਿਆ? ਕਾਂ ਜਿਹੜੇ ਕਰਦੇ ਆ ਨਾ ਰੌਲਾ ਪਾਉਂਦੇ ਆ, ਇਸ ਤਰ੍ਹਾਂ ਹੀ ਮੂਰਖਾਂ ਦੀ ਸੰਗਤ ਵਿੱਚ ਪੈਂਦਾ।
ਸਿਆਣੀ ਗੱਲ ਨਹੀਂ ਕਰਦੇ ਮੂਰਖ ਜਿਹੜਾ ਬੰਦਾ ਉਹ ਮੇਰੀ ਵੀ ਸੁਣ ਜਿਸ ਤਰ੍ਹਾਂ ਕਾਂ ਕਰਦੇ ਕਾਂ 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 ਕੋਈ ਕਿਸੇ ਦੀ ਸੁਣਦਾ ਹੀ ਨਹੀਂ ਅੱਜ ਇੱਥੇ ਖਲੋਤਾ ਸਮਾਜ ਸਤਿਗੁਰ ਪਾਤਸ਼ਾਹ ਕਹਿੰਦੇ ਇਹ ਸਵਾਲ ਕਰ ਕਰਕੇ ਰੀਲੀ ਲੱਲੀ ਪਾਪ ਕਮਾਣੇ ਪੜ ਅਵਗੁਣ ਅਵਗੁਣ ਦੇ ਅੱਖਰ ਪੜ ਪੜ ਕੇ ਅਵਗੁਣਾਂ ਦੇ ਅੱਖਰ ਪੜ ਪੜ ਕੇ ਵੀ ਉਹਨੂੰ ਮਾੜਾ ਕਹਿ ਦਿਓ ਉਹਨੂੰ ਮਾੜਾ ਕਹਿ ਦਿਓ ਇਹ ਪੜ੍ਹਾਈ ਕਰ ਕਰਕੇ ਵੀ ਟੀਕਾ ਟਿੱਪਣੀ ਵਾਲੀ ਪੜ੍ਹਾਈ ਕਰ ਕਰਕੇ ਗੁਣ ਵਿਸਰਿਆ ਨਹੀਂ ਬਦਲ ਤੱਤ ਵਿਸਰ ਗਿਆ ਜਿਹੜੇ ਗੁਣ ਸੀ ਨਾ ਔਗਣ ਆਉਣ ਕਰਕੇ ਅੰਦਰ ਇੱਕੋ ਹੀ ਚੀਜ਼ ਰਹਿ ਰਹੀ ਹੈ ਦੋ ਚੀਜ਼ਾਂ ਕਦੀ ਨਹੀਂ ਰਹਿੰਦੀਆਂ ਜਾਂ ਸਚਿਆਈ ਰਹੂਗੀ ਜਾਂ ਝੂਠ ਰਹੂਗਾ ਜੇ ਝੂਠ ਆ ਤੇ ਸਚਿਆਈ ਨਹੀਂ ਵੇਖੋ ਰਾਤ ਤੇ ਦਿਨ ਦਾ ਸੰਬੰਧ ਕਿੱਡਾ ਹੈ ਦੋਵੇਂ ਜੁੜੇ ਨੇ ਮਗਰ ਇੱਕ ਦੂਸਰੇ ਨਾਲ ਇਕੱਠੇ ਨਹੀਂ ਬਹਿੰਦੇ ਇਤਨੇ ਗੁਣ ਤੇ ਔਗਣ ਇਹ ਦੋਵੇਂ ਚੀਜ਼ਾਂ ਇੱਕ ਥਾਂ ਨਹੀਂ ਰਹਿਣੀਆਂ ਜਿਹਦੇ ਚ ਔਗਣ ਆ ਉੱਥੇ ਗੁਣ ਨਹੀਂ ਜਿੱਥੇ ਗੁਣ ਆ ਉੱਥੇ ਔਗਣ ਨਹੀਂ ਆਉਣੇ ਪਾਤਸ਼ਾਹ ਕਹਿੰਦੇ ਰੀਰੀ ਲੱਲੀ ਪਾਪ ਕਮਾਣੇ ਪੜ ਅਵਗੁਣ ਗੁਣ ਵਿਸਰਿਆ ਅੱਗੇ ਜਾ ਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਧੰ ਕਾਇਆ ਸਿਮਰੇ ਨਾਹੀ ਸਿੱਧੰ ਕਾਇਆ ਦਾ ਅਰਥ ਮਹਾਂਪੁਰਸ਼ ਸੁਣਾਉਂਦੇ ਸੀ ਵੀ ਜਦੋਂ ਫੱਟੀ ਦੇ ਉੱਤੇ ਪਾਂਧਾ ਪੜਾਉਂਦਾ ਸੀ ਨਾ ਤੇ ਜਿਹੜੇ ਪਹਿਲੇ ਅਕਸ਼ਰ ਉਹ ਪਾਉਂਦਾ ਸੀ ਉਹ ਅਸੀਸ ਵਜੋਂ ਪਾਉਂਦਾ ਸੀ ਤੈਨੂੰ ਪੜ੍ਹਾਈ ਆਵੇ ਤੇ ਮੈਂ ਤੇਰੀ ਕਾਇਆ ਨੂੰ ਅਸੀਸ ਦੇਣਾ ਵੀ ਤੂੰ ਆਹ ਸਿਮਰੇ ਵੀ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਵੀ ਨੰਨੇ ਸਿਮਰੇ ਨਾਹੀ ਤੂੰ ਸਿਮਰਨ ਨਹੀਂ ਕਰਦਾ ਨੰਨੇ ਨਾਮ ਨਾ ਤੁਧ ਲਿਆ ਤੂੰ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਮੈਂ ਤੈਨੂੰ ਇਹ ਕੁਝ ਅਸੀਸ ਵਜੋਂ ਇਹ ਵੀ ਛੋਟੀ ਅਸੀਸ ਨਹੀਂ ਕੋਈ ਚੇਤਾ ਕਰਾ ਦੇ ਸਿੱਧੰ ਕਾਇਆ ਸਿਮਰੇ ਨਾਹੀ ਨੰਨੇ ਨਾਮ ਨਾ ਤੁਧ ਲਿਆ ਅੱਗੇ ਜਾ ਕੇ ਕਹਿੰਦੇ ਛੱਛੈ ਛੱਛਾ ਕਹਿੰਦਾ ਛੀਜੇ ਐਨ ਸਮੂੜੇ ਤੂੰ ਰਾਤ ਦਿਨ ਘੱਟ ਰਿਹਾ ਛੀਜੇ ਵੀ ਦਿਨ ਦਿਨ ਤੇਰੀ ਉਮਰ ਘੱਟਦੀ ਜਾ ਰਹੀ ਅਕਾਊਂਟ ਵਿੱਚੋਂ 24,000 ਰੋਜ਼ ਦਾ ਨਿਕਲ ਰਿਹਾ ਛੱਛੇ ਛੀਜੇ ਐਨ ਸਮੂੜੇ ਕਿਉਂ ਛੁੱਟੇ ਜਮ ਪਕੜਿਆ ਪਕੜਿਆ ਜਮ ਨੇ ਤੈਨੂੰ ਜਦੋਂ ਫੜਿਆ ਤੇ ਜਿਹੜੇ ਜਿਹੜੇ ਤੂੰ ਜਿੰਨੇ ਕੰਮ ਕੀਤੇ ਇਹਨਾਂ ਨਾਲ ਤੇ ਛੁੱਟਣ ਵਾਲਾ ਤੇ ਕੰਮ ਤੂੰ ਕੋਈ ਕੀਤਾ ਨਹੀਂ ਨਾਮ ਜਪਣ ਵਾਲੇ ਨੂੰ ਕਹਿੰਦੇ ਛੁੱਟਣ ਕਾ ਸੱਚਾ ਪ੍ਰਵਾਸਾ ਆਖਣੀ ਦੇ ਮੈਂ ਤੈਨੂੰ ਪ੍ਰਵਾਸਾ ਦੇਣਾ ਵੀ ਆਹ ਗੱਲ ਨਹੀਂ ਹੋਊਗੀ ਗੁਰੂ ਸਾਹਿਬ ਜੀ ਕਹਿੰਦੇ ਵੀ ਨਾਮ ਜਪਣ ਵਾਲਿਆ ਮੈਂ ਤੈਨੂੰ ਕਹਿੰਦਾ ਵੀ ਤੂੰ ਨਾਮ ਜਾਪੇ ਛੁੱਟਣ ਕਾ ਸੱਚਾ ਪ੍ਰਵਾਸਾ ਮੈਂ ਤੈਨੂੰ ਤੂੰ ਵੀ ਸੱਚਾ ਪ੍ਰਵਾਸਾ ਦੇਣਾ ਕਿਉਂਕਿ ਸੱਚਾ ਸੱਚਾ ਹੀ ਪ੍ਰਵਾਸਾ ਦੂ ਝੂਠੇ ਤੇ ਵੈਸੇ ਵੀ ਦੇ ਦੇਣਗੇ ਤੁਹਾਡੀ ਮੁਕਤੀ ਹੋ ਜੂ ਸੱਚਾ ਤੇ ਸੱਚਾ ਸਤਿਗੁਰੂ ਆ ਤੇ ਸੱਚਾ ਪ੍ਰਵਾਸਾ ਦਿੰਦਾ ਵੀ ਨਾਮ ਜਪੇਗਾ ਤੇ ਤੇਰੀ ਮੁਕਤੀ ਹੋਊਗੀ ਅੱਗੇ ਜਾ ਕੇ ਪਾਤਸ਼ਾਹ ਬੱਬਾ ਸ਼ਬਦ ਚ ਬੋਲਦੇ ਕਹਿੰਦੇ ਬੱਬੇ ਬੱਬੇ ਤੋਂ ਕੀ ਵਿਆਖਿਆ ਕਰਦੇ ਬੂਝੇ ਨਾ ਹੀ ਮੂੜੇ ਬੱਬੇ ਨੂੰ ਕਹਿੰਦੇ ਵੀ ਤੂੰ ਕੋਈ ਗੱਲ ਬੁੱਝੀ ਨਹੀਂ ਜੀਵਨ ਵਿੱਚ ਬੜਾ ਕੁਝ ਕੀਤਾ ਹੈ ਭਰਮ ਭੁੱਲੇ ਭਰਮ ਚ ਪੈ ਕੇ ਤੇਰਾ ਜਨਮ ਗਿਆ ਭਰਮ ਚ ਪੈ ਕੇ ਤੇਰਾ ਜਨਮ ਹੀ ਵਿਅਰਥ ਚਲੇ ਗਿਆ ਤੇ ਅੱਗੇ ਜਾ ਕੇ ਤੇ ਕਮਾਲ ਕੀਤੀ ਅੱਜ ਵੀ ਚੋਟ ਇਹਦੇ ਤੇ ਹੀ ਹੈ ਪੰਡਿਤ ਤੇ ਹੀ ਹੈ ਅਣਹੁੰਦਾ ਨਾਉ ਧਰਾਇਓ ਪਾਂਦਾ ਆਉਂਦਾ ਕੁਛ ਨੀ ਤੇ ਨਾਮ ਕੀ ਧਰਾਇਆ ਇਹ ਪਾਂਦਾ ਹੈ ਜੀ ਇਹ ਪੰਡਿਤ ਆ ਜੀ ਇਹ ਲੋਕਾਂ ਨੂੰ ਸਮਝਾਉਂਦਾ ਜਿਸ ਬੰਦੇ ਨੂੰ ਇਹ ਹੀ ਨੀ ਪਤਾ ਵੀ ਰਾਮ ਦੇ ਅਰਥ ਕੀ ਹੈ ਸਾਡਾ ਜੀ ਮਹਾਮੰਡਲੇਸ਼ਵਰ ਤੇ ਫਲਾਣਾ ਗੁਰੂ ਆ ਜੀ ਫਲਾਣਾ ਸਾਡਾ ਢੀਂਗੜਾ ਗੁਰੂ ਆ ਜੀ ਗੁਰੂ ਕਿੱਥੋਂ ਆ ਗਿਆ ਗੁਰੂ ਤੇ ਅਸਾਈ ਨੇ ਹੁਣ ਮੰਨ ਲਿਆ ਵੀ ਸ਼ਬਦ ਆ ਤੈਨੂੰ ਪਤਾ ਲੱਗਾ ਕਿ ਨਹੀਂ ਅਸਾਈਆਂ ਨੇ ਮੰਨ ਲਿਆ ਵੀ ਵਰਲਡ ਵਰਲਡ ਕੀ ਕਹਿੰਦੇ ਹੋ ਹਾਂ ਉਹਦੇ ਤੋਂ ਪਸਾਰਾ ਹੋਇਆ ਤੇ ਉਹ ਹੀ ਸਮਝ ਦਿੰਦਾ
ਹੁਣ ਤੁਹਾਨੂੰ ਮੈਂ ਤੇ ਤੁਸੀਂ ਦੋ ਜਮੇ ਬੋਲੀਏ ਬੋਲੀਏ ਕੁਛ ਨਾ, ਅਰਥ ਕਿਸ ਤਰ੍ਹਾਂ ਆਜੂ, ਤੁਹਾਨੂੰ ਸਮਝ ਕਿਸ ਤਰ੍ਹਾਂ ਪੈ ਜੂਗੀ। ਰਾਜ ਮਾਧਿਅਮ ਕੀ ਹੈ? ਸ਼ਬਦ। ਤੇ ਸ਼ਬਦ ਹੀ ਗੁਰੂ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਜਿੰਨਾ ਚਿਰ ਕੋਈ ਬੋਲਦਾ ਨਹੀਂ ਉਹਨਾਂ ਚਿਰ ਸਮਝ ਕਿਸ ਤਰ੍ਹਾਂ ਪਊ। ਇਹਨਾਂ ਨੇ ਸਮਝ ਲਿਆ ਹੁਣ ਇੰਗਲੈਂਡ ਦੇ ਵਿੱਚ, ਇਹਨਾਂ ਨੇ ਆਪਣੇ ਸਟੋਰਾਂ ਤੇ ਆਪਣੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਲਈ ਲਿਖ ਦਿੱਤਾ ਹੈ ਵੀ ਸਾਰਾ ਪਸਾਰਾ ਸ਼ਬਦ ਤੋਂ ਹੀ ਹੋਇਆ ਹੈ ਤੇ ਸ਼ਬਦ ਦੀ ਸਰਾਈ ਸੋਝੀ ਪੈਣੀ। ਜੇ ਕੋਈ ਬੋਲੂ ਹੀ ਨਹੀਂ ਲਿਖੂ ਹੀ ਨਹੀਂ ਤੇ ਕਿਤਨਾ ਸਮਝੋਗੇ ਤੁਸੀਂ? ਸ਼ਬਦ ਹੀ ਲਿਖਿਆ ਜਾਂਦਾ ਹੈ, ਸ਼ਬਦ ਹੀ ਬੋਲਿਆ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਅਣਹੋਂਦਾ ਨਾਉਂ ਧਰਾਇਓ ਪਾਉਂਦਾ, ਪਤਾ ਲੱਗਾ ਅਵਰਾਂ ਕਾ ਭਾਰ ਤੋਂ ਦਿਲਿਆ ਸੂਰ, ਦੂਸਰੇ ਸਾਰਿਆਂ ਦੇ ਗੁਨਾਹ ਤੂੰ ਪੜਾ ਪੜਾ ਕੇ ਆਪਣਾ ਦੇ ਕੇ ਵਿਦਿਆ ਤੇ ਤੂੰ ਆਪਣੇ ਚਾਟੜਿਆਂ ਨੂੰ ਜੀਵਨ ਦਾ ਰਾਹ ਸਿਖਾਉਣ ਦੀ ਜਗ੍ਹਾ ਤੇ ਹੁਣ ਇਹ ਕੀ ਕਰ ਰਿਹਾ? ਮਾਰ ਦਿਓ ਜੀ ਜਿਹੜਾ ਰਾਮ ਰਾਮ ਨੀ ਕਹਿੰਦਾ ਉਹਨੂੰ, ਮਾਰ ਦਿਓ ਜੀ। ਕਮਾਲ ਦੀ ਗੱਲ ਆ, ਇਹ ਭਾਰ ਹੀ ਚੁੱਕਣ ਡਿਆ ਨਾ ਸਿਰ ਤੇ। ਅਵਰਾਂ ਕਾ ਭਾਰ ਤੋਂ ਦਿਲਿਆ, ਸਾਰੀ ਦੁਨੀਆਂ ਦੇ ਗੁਨਾਹਾਂ ਦਾ ਭਾਰ ਸਿਰ ਤੇ ਚੁੱਕ ਲਿਆ। ਇਹ ਛੋਟਾ ਪਾਪ ਨੀ ਕਦੀ ਰੰਗਦੇਵ ਚੁੱਕਦਾ ਸੀ, ਉਹ ਕਹਿੰਦਾ ਸੀ ਮੈਂ ਹਿੰਦੂ ਨੀ ਰਹਿਣ ਦੇਣਾ। ਇਹ ਅੱਜ ਕੀ ਕਹਿ ਰਿਹਾ? ਗੱਲ ਤਾਂ ਉੱਥੇ ਟਿੱਕੀ, ਮਾਨਸਿਕਤਾ ਤੇ ਉਹੀ ਆ, ਸਰੂਪ ਹੀ ਬਦਲਿਆ। ਵੇਖੋ ਉਦੋਂ ਸੁਨਤ ਵਾਲਾ ਸੀ ਤੇ ਉਹਨੇ ਵੀ ਇਹ ਜ਼ੁਲਮ ਕੀਤੇ ਵੀ ਮੈਂ ਮੁਸਲਮਾਨ ਤੋਂ ਬਿਨਾਂ ਕਿਸੇ ਨੂੰ ਨਹੀਂ ਰਹਿਣ ਦੇਣਾ। ਅੱਜ ਇਹ ਟਿੱਕਾਧਾਰੀ ਆ, ਇਹ ਕਹਿੰਦਾ ਮੈਂ ਹਿੰਦੂ ਤੋਂ ਬਿਨਾਂ ਕਿਸੇ ਨੂੰ ਨਹੀਂ। ਫਰਕ ਕੀ ਪਿਆ? 40 ਸਾਲ ਰਾਜ ਅਸੀਂ ਵੀ ਕੀਤਾ ਹੈ, ਸਾਡੇ ਰਾਜ ਦੇ ਵਜ਼ੀਰ ਵੀ ਮੁਸਲਮਾਨ ਸੀ ਹਿੰਦੂ ਸੀ ਤੇ ਚੰਗੇ ਨੀਤੀਵਾਨ ਬਣਾਏ ਸੀ ਵੀ ਤੁਸੀਂ ਵਿਦੇਸ਼ ਨੀਤੀ ਸੰਭਾਲਣੀ ਆ। ਹਿੰਦੂ ਨੂੰ ਕਿਹਾ, ਮੁਸਲਮਾਨ ਨੂੰ ਕਿਹਾ ਵੀ ਇਹ ਸਾਰਾ ਕੁਝ ਤੁਸੀਂ ਸੰਭਾਲਣਾ, ਕਿਉਂਕਿ ਸਾਡੇ ਲਈ ਕੋਈ ਦੂਸਰਾ ਹੈ ਹੀ ਨਹੀਂ, ਅਸੀਂ ਤੇ ਇੱਕ ਨੂੰ ਬਣਾਇਆ। ਬੜੇ ਬੜੇ ਵਜ਼ੀਰੀਆਂ ਦਿੱਤੀਆਂ, ਬੜੇ ਬੜੇ ਸਾਰਾ ਕੁਝ ਦਿੱਤਾ ਤੇ ਨਾਲ ਇਸ ਤਰ੍ਹਾਂ ਦਾ ਰਾਜ ਕਾਇਮ ਕੀਤਾ ਵੀ ਜਿਹਦੇ ਵਿੱਚ ਕੋਈ ਅਫਰਾ ਤਫਰੀ ਨਹੀਂ। ਇਹ ਮੇਰਾ ਪਾਤਸ਼ਾਹ ਕਹਿੰਦੇ ਤੂੰ ਅਣਹੁੰਦਾ, ਪਤਾ ਲੱਗਿਆ ਅਣਹੁੰਦਾ ਨਾਉਂ ਧਰਾਇਓ ਪਾਉਂਦਾ ਪਾਉਂਦਾ ਅਵਰਾਂ ਕਾ ਭਾਰ ਤੋਂ ਦਲਿਆ। ਅੱਗੇ ਪਾਤਸ਼ਾਹ ਜੀ ਇੱਕ ਵਚਨ ਚਾਰ ਚਾਰ ਕਰਾਂਗੇ ਕਿਉਂਕਿ ਦਿਨ ਪੂਰੇ ਹੋ ਜਾਣਗੇ। ਜੱਜੈ ਜੋਤ ਹਿਰ ਲਈ ਤੇਰੀ ਮੂੜੇ, ਜੋਤ ਮਿਲੇ ਸੋਚ, ਇਹਨਾਂ ਕਰਮ ਕਾਂਡਾਂ ਨੇ ਤੇਰੀ ਜੋਤ ਖੋਲੀ, ਤੇਰੀ ਸੋਚ ਹੀ ਖੋਲੀ। ਨਹੀਂ ਪਤਾ ਐਸਾ ਕਰਮ ਕਾਂਡ ਹੀ ਬਣਿਆ ਹੈ, ਤੈਨੂੰ ਕਿਸੇ ਨੇ ਸਮਝੌਤਾ ਗੰਗਾ ਚ ਚੁੱਭੀ ਲਾਈਏ ਤੇ ਮੁਕਤੀ ਹੁੰਦੀ, ਇਹ ਤੋਂ ਗਾਹ ਤੂੰ ਗਿਆ ਹੀ ਨਹੀਂ। ਨਾਰੀਅਲ ਰੱਖ ਕੇ ਕੋਈ ਕੰਮ ਸ਼ੁਰੂ ਕਰੀਏ ਤੇ ਪੂਰਾ ਹੁੰਦਾ ਹੈ, ਇਹ ਰਸੋਈ ਦਾ ਮੂੰਹ ਇਹਨੂੰ ਰੱਖੀਏ ਤੇ ਪੂਰਾ ਹੁੰਦਾ ਹੈ, ਐਂ ਕਰੀਏ ਤੇ ਐਂ ਪੂਰਾ ਹੁੰਦਾ, ਐਂ ਕਰੀਏ ਤੇ ਐਂ ਪੂਰਾ ਹੁੰਦਾ। ਇਹਨਾਂ ਗੱਲਾਂ ਨੇ ਜਿਹੜੀ ਤੇਰੀ ਆਤਮਕ ਸੋਚ ਸੀ ਪਰਮੇਸ਼ਵਰ ਦੀ, ਇਹ ਸੀਗਾ ਮੇਰੇ ਹਰ ਤੋਂ ਮੈਂ ਜੋਤ ਰੱਖੀ, ਉਹ ਜਿਹੜਾ ਜੋਤ ਰੱਖੀ ਪਰਮੇਸ਼ਵਰ ਨੇ ਸੀ ਮੇਰੇ ਵਿੱਚ, ਸੋਚ ਰੱਬ ਦੀ ਸੋਚ, ਉਹ ਪ੍ਰਗਟ ਹੀ ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਾਖੀ ਸੁਣੀ ਨਹੀਂ, ਸਿੱਖਿਆ ਸੁਣੀ ਨਹੀਂ, ਉਹ ਜਿਹੜੀ ਸੋਚ ਰੱਬ ਵਾਲੀ ਸੀ ਉਹ ਅੰਦਰੋਂ ਪ੍ਰਗਟ ਨਹੀਂ ਹੋਈ, ਉਹ ਤੇਰੀ ਖੋਲੀ ਆ। ਕਿਹਨਾਂ ਨੇ? ਕਰਮ ਕਾਂਡਾਂ ਨੇ। ਇਹ ਮਹਾਰਾਜ ਪਾਤਸ਼ਾਹ ਕਹਿੰਦੇ ਜੱਜੇ ਜੋਤ ਹਿਰ ਲਈ ਤੇਰੀ ਮੂੜੇ, ਤੇ ਇਹਦੇ ਨਾਲ ਅੰਤ ਗਿਆ ਪਛਤਾਏਗਾ, ਜਦੋਂ ਤੂੰ ਅੰਤ ਨੂੰ ਜਾਏਗਾ। ਕਿਹੜੇ ਸਿਹਰੇ ਪੈਣੇ ਨੇ? ਇੱਥੇ ਤੇ ਡੰਡਾ ਹੈ ਨਾ, ਤੇ ਡੰਡੇ ਦੇ ਨਾਲ ਗੱਲ ਮਨਾਈ ਜਾਂਦੀ, ਰੱਬ ਦੇ ਘਰ 'ਚ ਥੋੜ੍ਹਾ ਇਹ ਡੰਡਾ ਚੱਲਣਾ, ਨਾ ਇਹ ਫੋਰਸਾਂ ਚੱਲਣੀਆਂ, ਨਾ ਇਹ ਨੀਤੀਆਂ ਚੱਲਣੀਆਂ, ਸਭ ਨੀਤੀਆਂ ਇੱਥੇ ਸੜਕੇ ਸਵਾਹ ਹੋ ਜਾਣੀਆਂ। ਅੰਤ ਗਿਆ ਪਛਤਾਵੇਂਗਾ, ਏਕ ਸ਼ਬਦ ਫਿਰ ਮਾਲਕ ਪਾਕ ਆ ਗਏ ਤੀਸਰੇ ਪਾਤਸ਼ਾਹ, ਏਕ ਸ਼ਬਦ ਤੂੰ ਚੀਨੇ ਨਾ ਹੀ, ਇੱਕ ਸ਼ਬਦ ਨੂੰ ਤੇ ਤੂੰ ਜਾਣਦਾ ਹੀ ਨਹੀਂ, ਚੀਨਣਾ ਹੁੰਦਾ ਜਾਣਨਾ, ਸ਼ਬਦ ਦੇ ਤੇ ਲਾਗੋ ਨਹੀਂ ਦੀ ਲੰਘਿਆ, ਉਹਨੂੰ ਤੇ ਤੂੰ ਬੇਦਬੀਆਂ ਕਰਾਉਣਾ ਹੈ, ਅੰਗ ਖਿਲਾਰ ਦੇਣਾ ਹੈ, ਸ਼ਬਦ ਦੇ ਹੀ ਖਿਲਾਰੇ ਹੋਰ ਕਿਹਦੇ ਖਿਲਾਰੇ। ਜਿਹੜੀ ਚੀਜ਼ ਜਾਣਨੀ ਸੀ, ਜਿਹੜੀ ਚੀਜ਼ ਨੇ ਤੈਨੂੰ ਰਾਹ ਵਿਖਾਉਣਾ ਸੀ, ਗੁਰਬਿਨ ਕੋਰ ਅੰਧਾਰ, ਗੁਰੂ ਬਿਨ
ਸਮਝ ਨਾ ਆਵੇ। ਗੁਰੂ ਦੇ ਬਿਨਾਂ ਹਨੇਰਾ ਸੀ, ਗੁਰੂ ਤੋਂ ਬਿਨਾਂ ਸਮਝ ਨਹੀਂ ਸੀ ਆਉਣੀ, ਤੇ ਇਹ ਗੁਰੂ ਦੇ ਪਿੱਛੇ ਪੈ ਗਿਆ। ਤੇ ਉੱਥੇ ਲਿਖਿਆ ਵਾ, ਆਪਾਂ ਵਿਚਾਰਨਾ ਇਹ ਸ਼ਬਦ, ਲੇਪ ਨਾ ਲਾਗੋ ਤਿਲਕਾ ਮੂਲ, ਲੇਪ ਨਾ ਲਾਗੋ ਗੁਰੂ ਦੀ ਵਿਚਾਰਧਾਰਾ ਨੂੰ, ਤੇ ਤਿਲਕਾ ਮਾਤਰ ਵੀ ਨੁਕਸਾਨ ਨਹੀਂ ਹੋਇਆ। ਉਹ ਤਾਂ ਉਤਰਾਂ ਦੀ ਉਤਰਾਂ ਦੀ, ਇੱਕੋ ਅੱਖਾਂ ਖੋਲ ਕੇ ਵੇਖੇ ਦਿਨ ਤਾਂ ਚੜਿਆ ਹੀ ਹੈ, ਹੁਣ ਅੱਖਾਂ ਮੀਟੀਆਂ ਆਖੇ ਦਿਨ ਨਹੀਂ ਹੈਗਾ, ਇਹ ਕਸੂਰ ਕਿਹਦਾ ਹੈ? ਅੱਖਾਂ ਮੀਟਣ ਵਾਲੇ ਦਾ। ਉਸ ਵਿਚਾਰਧਾਰਾ ਨੂੰ ਤੇ ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਸੂਲ। ਪੜਿਆ ਨੀ ਕਦੇ ਦੁਸ਼ਟ ਬ੍ਰਾਹਮਣ ਮੂਆ ਸੂਲ ਬਣੇ? ਨਹੀਂ ਨਹੀਂ ਸੂਲ ਉੱਠਣੀ ਅੰਦਰੋਂ, ਪੀੜ ਉੱਠਣੀ, ਤੇ ਇਹਨਾਂ ਨੂੰ ਉੱਠ, ਅੱਜ ਨਹੀਂ ਤੇ ਕੱਲ ਉੱਠੂਗੀ। ਉਹਨੂੰ ਤੇ ਕੁਛ ਵੀ ਨਹੀਂ ਹੋਇਆ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ, ਭਾਵੇਂ ਕਈ ਰਾਹ ਚ ਦਲਾਲ ਲੱਭ ਕੇ, ਆਪਣੇ ਬੰਦੇ ਲੱਭ ਕੇ ਇਹ ਸੋਚਣ ਵੀ ਪਤਾ ਨਹੀਂ ਅਸੀਂ ਨੁਕਸਾਨ ਕਰਤਾ ਹੈ, ਭਾਵੇਂ ਸਿਰਸੇ ਵਾਲਾ ਕੋਈ ਵੀ ਹੋਵੇ, ਨੁਕਸਾਨ ਉਹਨੂੰ ਕੁਛ ਨਹੀਂ ਹੋਇਆ, ਸੂਰਜ ਨੂੰ ਕੁਛ ਨਹੀਂ ਹੋਇਆ। ਸੂਰਜ ਉਤਨਾ ਹੀ ਬਹੁਤ ਦਸਤੂਰ ਸਵੇਰੇ ਵੀ ਚੜ੍ਹਨਾ ਹੈ, ਇਹ ਵੀ ਸਵੇਰੇ ਪ੍ਰਕਾਸ਼ਮਾਨ ਹੁੰਦਾ। ਸਾਡੇ ਕੋਲ ਤੇ ਵੱਡੀ ਇਹ ਜੇਤਾ ਵੀ ਸਾਡਾ ਗੁਰੂ ਫਿਜੀਕਲ ਨਹੀਂ, ਵੀ ਇੱਕ ਨੂੰ ਗੋਲੀ ਮਾਰ ਦਿਓ ਤੇ ਗੁਰੂ ਮੁੱਕ ਗਿਆ। ਸਾਡਾ ਗੁਰੂ ਤਾਂ ਕਿੰਨਾ ਤੁਸੀਂ ਕਰ ਲਿਆ, ਇੱਥੇ ਸ਼ਰਕਟਣਾ ਹੋ ਗਿਆ ਜੀ, ਇੱਥੇ 267 ਦਾ ਰੌਲਾ ਪਿਆ ਆਪਣੇ, ਕਿ ਗੁਰੂ ਮੁੱਕ ਗਿਆ? ਸ਼ਬਦ ਗੁਰੂ ਤਾਂ ਮੁੱਕਣਾ ਹੀ ਨਹੀਂ, ਉਹ ਤੇ ਵਿਆਪਕ ਆ ਵਾਹਿਗੁਰੂ ਪਰਮੇਸ਼ਰ। ਇੱਕ ਸ਼ਬਦ ਤੂੰ ਚੀਨੇ ਨਾ ਹੀ ਫਿਰ ਜੂਨੀ ਆਵੇਗਾ, ਜੇ ਤੂੰ ਸ਼ਬਦ ਨੂੰ ਨਾ ਨਾ ਜਾਣ ਸਕਿਓ ਤੇ ਦੁਬਾਰਾ ਫਿਰ ਕੇ ਜੂਨਾਂ ਵਿੱਚ ਤੈਨੂੰ ਆਉਣਾ ਪੈਣਾ। ਸਤਿਗੁਰੂ ਕਿਰਪਾ ਕਰੇ, ਸਿੱਖ ਕੌਮ ਵੀ, ਸਾਰਾ ਸੰਸਾਰ ਸ਼ਬਦ ਦੀ ਪਰਿਭਾਸ਼ਾ ਨੂੰ ਸਮਝੇ, ਸ਼ਬਦ ਨੂੰ ਜਾਣੇ, ਸ਼ਬਦ ਨੂੰ ਪੀਵੇ, ਸ਼ਬਦ ਨੂੰ ਜਪੇ, ਤੇ ਮਹਾਰਾਜ ਦੀ ਗਰੰਟੀ ਆ ਵੀ ਇੱਕ ਸ਼ਬਦ ਮੇਰੇ ਪ੍ਰਾਣਾ ਚ ਵੱਸ ਜਾਵੇ, ਫਿਰ ਕੀ ਹੈ ਬਹੁਰ। ਇਹ ਗਰੰਟੀ ਦਿੱਤੀ ਨਾ ਗੁਰੂ ਦੇ ਸ਼ਬਦ ਜਿੰਨੇ ਨੇ, ਕੀ ਆ ਗਰੰਟੀ ਨੇ, ਕੋਈ ਵਰਤ ਕੇ ਤੇ ਵੇਖੇ। ਜਿਨ੍ਹਾਂ ਦੀ ਕੋਈ ਗਰੰਟੀ ਨੀ, ਉਹਨਾਂ ਦੀ ਵੀਡੀਓ ਇੱਕ ਇੱਕ ਲੱਖ ਲੱਖ ਵੇਖਣ ਡਿਆ, ਦੋ ਦੋ ਲੱਖ, ਚਾਰ ਚਾਰ ਲੱਖ ਵਿਊ ਵੇਖਣ ਡਿਆ, ਮਗਰ ਜਿੱਥੇ ਗੁਰਬਾਣੀ ਦੀ ਗਰੰਟਿਡ ਸ਼ਬਦ ਨੇ ਉਹਨੂੰ ਖੋਲਦਾ ਕੌਣ? 5, 6, 10, 70, 80। ਤੁਸੀਂ ਉਹ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦੇ ਮਾਰਚ ਫੇਰ ਸੁਣੇ, ਉਹਨਾਂ ਦੇ ਬੜੇ ਕਮਾਲ ਦੇ ਬਚਨ ਸੁਣਾਉਣ ਡਿਆ ਸੀ, ਵੇਖ ਲਿਓ ਕਿੰਨੇ ਕੁ ਵਿਊ ਨੇ। ਕਿਉਂ ਸੁਣਨਗੇ ਲੋਕੀ ਅਗਲ ਦੀ ਗੱਲ ਕਿਉਂ ਸੁਣਨਗੇ ਲੋਕੀ? ਜਦੋਂ ਕਾਵਾਂ ਰੌਲਾ ਹੀ ਪੈ ਗਿਆ ਤੇ ਅਗਲੇ ਤਾਂ ਉੱਥੇ ਜਾਣਗੇ ਨਾ ਜਿੱਥੇ ਕਾਂ ਕਾਂ ਆਉਣ ਡਈ ਹੈ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਜੇ ਤੂੰ ਸ਼ਬਦ ਨੂੰ ਜਾਣੇਗਾ ਤੇ ਮੁਕਤੀ ਹੋ ਜੂਗੀ, ਨਹੀਂ ਤੇ ਫਿਰ ਜੂਨੀ ਆਵੇਗਾ। ਭੁੱਲਾਂ ਨਾ ਚਤਾਰਨੀ, ਅਸੀਸ ਬਖਸ਼ਣੀ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ ਤੇ ਭਰੋਸਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ